ਸਾਹਿਬ ਜੀ ਅੰਤਨ ਪਾਵਤ ਦੇਵ ਸਭੈ ਮਨੋ ਇੰਦਰ ਮਹਾ ਸੇਵ ਜੋਗ ਕਰੀ ਨਬੇਦ ਬਰੰਚ ਵਿਚਾਰ ਰਿਹਾ ਹਰ ਜਾਪ ਨ ਛਾਡਿਓ ਏਕ ਘਰੀ ਮਤੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAM DAS GURU JAG TARAN KO GUR JOT AR JO NAMAHE DHARI ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜੋ ਨਮਾਹਿ ਤਰੀ ਹੋਵੈ ਸਿਫਤੋ ਖਸਮੰਦੀ ਨੂਰ ਅਰਸੋਂ ਗੁਰਸੋਂ ਛਤੀ ਐ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਤੁਦ ਡਿਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹਲਾ ਪੰਜਵਾ ਮੋਹਨ ਮਾधव ਕ੍ਰਿਸ਼ਨ ਮੁਰਾਰੀ ਜਗਦੀਸ਼ਰ ਹਰ ਜਿਓ ਅਸਰ ਸੰਘਾਰੇ ਜਗ ਜੀਵਨ भवनासी ठाकुर ਘਟ ਘਟਵਾਸੀ ਹੈ ਸੰਗਾ मोहन माधव कृष्ण मुरारे वाहे गुरु जी का खालसा वाहे गुरु जी की फत ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਨੇ ਕਿਰਪਾ ਕਰਕੇ ਸਤਸੰਗਤ ਦਾ ਇਹ ਵਡਭਾਗਾ ਸਮਾ ਸਾਨੂੰ ਬਖਸ਼ਿਸ਼ ਕੀਤਾ ਹੈ ਆਪ ਗੁਰਮੁਖ ਜਨ ਮਾਈ ਭਾਈ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਤੇ ਨਿਤਨੇਮ ਦੇ ਰੂਪ ਦੇ ਵਿੱਚ ਸਰਵਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ ਐਸ ਵੇਲੇ ਸਤਿਗੁਰੂ ਕਿਰਪਾ ਕਰਕੇ ਸੰਗਤ ਦੇ ਅੰਦਰ ਧਾਤ ਬਖਸ਼ਿਸ਼ ਕਰਦਿਆਂ ਹੋਇਆਂ ਗੁਰਬਾਣੀ ਦੀ ਕਥਾ ਸਾਨੂੰ ਬਖਸ਼ਿਸ਼ ਕਰ ਰਹੇ ਨੇ ਆਓ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ ਅੰਮ੍ਰਿਤ ਵਚਨ ਸਰਵਨ ਕਰੀਏ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੋਹਨ ਮਾਧਵ ਕ੍ਰਿਸ਼ਨ ਮਰਾਰੇ ਧੰਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਕਿਰਪਾ ਕਰਦਿਆਂ ਹੋਇਆਂ ਸ੍ਰੀ ਅਮਰitsar ਦੀ ਧਰਤੀ ਤੇ ਜੋ ਗੁਰੂ ਕਾ ਬਾਗਸਤਾਨ ਬਣਿਆ ਹਨ ਮਹਾਰਾਜ ਸਾਹਿਬ ਜੀ ਦਾ ਰਾਮ ਬਾਗ ਜਿਸ ਨੂੰ ਕਿਹਾ ਜਾਂਦਾ ਹੈ ਇਥੇ ਸ਼ੋਭਾ ਪਾਰ ਹੈ ਮਨਜੀ ਸਾਹਿਬ ਸੋਨਾ ਦੀਵਾਨ ਮਹਾਰਾਜ ਦਾ ਸਜਿਆ ਹੋਇਆ ਮਹਾਰਾਜ ਸਾਹਿਬ ਜੀ ਆਦੇ ਕੋਲ ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖ ਬੈਠੇ ਹੋਏ ਭਾਈ ਗੁਰਦਾਸ ਜੀ ਜੋ ਗੁਰਮਤ ਦੇ ਵਿਦਵਿਆਸ ਕਹੇ ਜਾਂਦੇ ਨੇ ਭਾਈ ਛਲੋ ਵਰਗੇ ਭਾਈ ਲੰਗਾਹਾ ਵਰਗੇ ਸਿੱਖ ਬੈਠੇ ਹੋਏ ਸਾਰੀ ਸੰਗਤ ਦੇ ਬੈਠਿਆਂ ਹੋਇਆਂ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਜਿਵੇਂ ਵਿਸ਼ਨੂੰ ਉਪਰਾਣ ਦੇ ਵਿੱਚ ਵਿਸ਼ਨ ਸਤੋਤਰ ਲਿਖਿਆ ਹੈ ਬ੍ਰਹਮ ਪ੍ਰਾਨ ਦੇ ਵਿੱਚ ਬ੍ਰਹਮ ਸਤੋਤਰ ਲਿਖਿਆ ਹੈ ਐਸੀ ਤਰ੍ਹਾਂ ਮਹਾਰਾਜ ਸਾਹਿਬ ਜੀ ਜਿਸ ਤਰ੍ਹਾਂ ਕਿ ਸਹੰਸਰ ਨਾਮ ਲੈਣ ਕਰਕੇ ਸਹੰਸਰ ਨਾਮ ਹਜ਼ਾਰ ਦਾ ਹੈ ਤੇ ਇਹ ਹਜ਼ਾਰ ਨਾਮਾਂ ਦੇ ਲੈਣ ਵਾਸਤੇ ਕਹਿਣ ਵਾਸਤੇ ਇਹ ਬਚਨ ਧਾਰਮਿਕ ਗ੍ਰੰਥਾਂ ਵਿੱਚ ਲਿਖੇ ਹੋਏ ਆਪ ਕੋਈ ਮਹਾਰਾਜ ਐਸੀ ਬਾਣੀ ਬਖਸ਼ਿਸ਼ ਕਰੋ ਜਿਹਦੇ ਵਿੱਚ ਪਰਮੇਸ਼ਰ ਦੇ ਨਾਮ ਹੀ ਨਾਮ ਹੋਣਾ ਤਾਂ ਕਿ ਅਸੀਂ ਉਹ ਸ਼ਬਦ ਪੜ੍ਹ ਕੇ ਤੇ ਅਸੀਂ ਵੀ ਇਹ ਜਿਹੜਾ ਬਖਸ਼ਿਸ਼ ਵਾਲੀ ਦਾਤ ਹੈ ਉਹ ਲੈ ਸਕੀਏ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਆਨੇ ਬਚਨ ਸੁਣ ਕੇ ਇਹ ਜੋ ਸ਼ਬਦ ਹੈ ਇਹ ਬਖਸ਼ਿਸ਼ ਕੀਤਾ ਇਸ ਦੇ ਵਿੱਚ ਪ੍ਰਮਾਤਮਾ ਦੇ ਵੱਖਰੇ ਵੱਖਰੇ 87 ਨਾਮਾਂ ਦਾ ਜ਼ਿਕਰ ਆਇਆ ਹੈ ਅਤੇ ਜੇ ਸਾਰੇ ਨਾਮਾਂ ਦੀ ਗਿਣਤੀ ਕਰੀਏ ਜਿਵੇਂ ਲక్ష్ਮੀ ਨਰਾਇਣ ਆ ਗਿਆ ਵੱਖਰੇ ਵੱਖਰੇ ਅਰਥ ਕਰਾਂਗੇ ਤੇ ਫਿਰ 101 ਨਾਮ ਬਣਦਾ ਹੈ ਮਹਾਰਾਜ ਨੇ ਬਚਨ ਆਖਿਆ ਇਹਦੇ ਵਿੱਚ ਨਿਰਗੁਣ ਸਰਗੁਣ ਸਾਰੇ ਨਾਮ ਨੇ ਕੰਮ ਕਰਕੇ ਪੈ ਗਿਆ ਨਾਮ ਜਾਤ ਕਰਕੇ ਪੈ ਗਿਆ ਨਾਮ ਇਸੇ ਤਰ੍ਹਾਂ ਸਰੀਰ ਕਰਕੇ ਪੈ ਗਿਆ ਨਾਮ ਇਹ ਸਾਰੇ ਨਾਮਾਂ ਦਾ ਜ਼ਿਕਰੇ ਸ਼ਬਦ ਵਿੱਚ ਹੈ ਮਹਾਰਾਜ ਜੀ ਦਾ ਹੁਕਮ ਹੋਇਆ ਜਿਹੜੇ ਸਿੱਖ ਨਿਤਨੇਮ ਦੇ ਨਾਲ ਇਸ ਸ਼ਬਦ ਨੂੰ ਪੜਿਆ ਕਰਨਗੇ ਉਹ ਇਸ ਸੰਸਰਨਾਮਾ ਜਿਹੜੀ ਬਾਣੀ ਹੈ ਇਸ ਦੀ ਦਾਤ ਪ੍ਰਾਪਤ ਕਰ ਲੈਣਗੇ ਐਸੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋਵੇਗੀ ਉਹ ਪ੍ਰਮਾਤਮਾ ਦੀ ਵਡਿਆਈ ਦੇ ਪਾਤਰ ਬਣ ਜਾਣਗੇ ਖੁਸ਼ੀਆਂ ਮਾਪਤ ਕਰਨਗੇ ਇਸ ਤਰ੍ਹਾਂ ਇਹਨਾਂ ਸਾਰੇ ਗੁਰਸਿੱਖਾਂ ਦੀ ਬੇਨਤੀ ਨੂੰ ਸਰਵਨ ਕਰਕੇ ਇਹ ਸ਼ਬਦ ਮਹਾਰਾਜ ਨੇ ਰਚਿਆ ਜਿਸ ਦੀ ਇੱਕ ਪੌੜੀ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕੀਤੀ ਹੈ ਅੱਜ ਦੂਜੀ ਪੌੜੀ ਦੇ ਅੰਦਰ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ ਮੋਹਨ ਮਾधव कृष्ण मुरਾਰੇ ਸਤਿਗੁਰੂ ਕਹਿਣ ਲੱਗੇ ਇੱਕ ਨਾਮ ਉਸ ਦਾ ਮੋਹਨ ਹੈ ਮੋਹਣ ਤੋਂ ਭਾਵ ਹੁੰਦਾ ਮੋਹ ਨਾ ਜਿਸ ਵਿੱਚ ਕਿਸੇ ਦੇ ਪ੍ਰਤੀ ਮੋਹ ਨਹੀਂ ਹੈ ਜਿਹੜਾ ਮੋਹ ਤੋਂ ਰਹਿਤ ਹੋਵੇ ਉਸਨੋ ਕਿਹਾ ਜਾਂਦਾ ਹੈ ਮੋਹਨਾ ਮੋਹ ਤੋਂ ਪਰੇ ਹੋ ਚੁੱਕਿਆ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਦੋ ਫਰਜੰਦ ਨੇ ਨਾ ਸੈਭਜਾਦੇ ਬਾਬਾ ਸ੍ਰੀ ਚੰਦ ਲਖਮੀ ਦਾਸ ਪੁੱਤਰਾਂ ਦੇ ਮੋਹ ਤੋਂ ਪਰੇ ਹੋ ਕੇ ਮਹਾਰਾਜ ਸਾਹਿਬ ਜੀਆਂ ਨੇ ਗੁਰਿਆਈ ਦੀ ਸੇਵਾ ਪਾਈ ਲੈਣਾ ਸਾਹਿਬ ਜੀਆਂ ਨੂੰ ਬਖਸ਼ਿਸ਼ ਕਰਕੇ ਗੁਰੂ ਅੰਗਦ ਸਾਹਿਬ ਬਣਾਇਆ ਸੋ ਇਸ ਤਰ੍ਹਾਂ ਜਿਸ ਵਿੱਚ ਮੋਹ ਨਹੀਂ ਹੈ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਚਾਰ ਸੈਭਜਾਦੇ ਚਾਰੇ ਜੰਗੇ ਮੈਦਾਨ ਦੇ ਅੰਦਰ ਜੂਝਦਿਆਂ ਹੋਇਆਂ ਚਮਕੌਰ ਤੇ ਸਰਹੰਦਰ ਅੰਦਰ ਸ਼ਹਾਦਤ ਪ੍ਰਾਪਤ ਕਰ ਗਏ ਪਰ ਮੋਹ ਨਹੀਂ ਹੈ। ਬਚਨ ਆਖਿਆ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਗੁਰੂ ਅੰਗਦ ਸਾਹਿਬ ਜੀਆਂ ਦੇ ਦੋ ਸਹਿਬਜ਼ਾਦੇ ਮੋਹ ਤੋਂ ਪਰੇ ਹੋ ਕੇ ਸੇਵਾਦਾਰ ਨੂੰ ਗੁਰਤਾ ਗੱਦੀ ਦੀ ਪਦਵੀ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਉਹਦਾ ਨਾਮ ਮੋਹਨ ਹੈ ਮੋਹਨ ਤੋਂ ਭਾਵ ਮੋਹ ਨਾ ਜਿਹਦੇ ਵਿੱਚ ਮੋਹ ਨਾ ਹੋਵੇ ਇਹ ਵੀ ਪਰਮੇਸ਼ਰ ਦਾ ਇੱਕ ਨਾਮ ਤਾਂ ਉਸ ਨੂੰ ਮੋਹਨ ਕਿਹਾ ਜਾਂਦਾ ਹੈ ਮਹਾਰਾਜ ਫਿਰ ਫਰਮਾਉਂਦੇ ਹਨ ਮੋਹਨ ਮਾधव ਕ੍ਰਿਸ਼ਨ ਮੁਰਾਰੇ ਮੋਹਨ ਤੋਂ ਭਾਵ ਦੂਜਾ ਅਰਥ ਇਹ ਕੀਤਾ ਹੈ ਜਿਹੜਾ ਸਾਰਿਆਂ ਨੂੰ ਮੋਹਣੇ ਵਾਲਾ ਹੈ ਜਿਹੜਾ ਸਭ ਦੇ ਮਨਾਂ ਨੂੰ ਮੋਹ ਲੈਂਦਾ ਹੈ ਜਿਸ ਨੇ ਸਾਰਿਆਂ ਨੂੰ ਆਪਣੇ ਮੋਹ ਦੇ ਵਿੱਚ ਪਾਇਆ ਹੋਇਆ ਹੈ ਐਸਾ ਪ੍ਰਮਾਤਮਾ ਹੈ ਜਿਵੇਂ ਕੱਲ ਆਪਾਂ ਵਚਨ ਸਰਵਣ ਕੀਤਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਆਇਆ ਸੀ ਨਾ ਵੱਡਾ ਪਠਾਨ ਫੌਜ ਲੈ ਕੇ ਨਾਮ ਸੀਗਾ ਸੈਦ ਖਾਨ ਦਰਸ਼ਨ ਕਰਕੇ ਐਸਾ ਮੋਇਆ ਗਿਆ ਕਿ ਆਪਣੇ ਹਥਿਆਰ ਹੀ ਸੁੱਟ ਦਿੱਤੇ ਸਨ ਜੰਗ ਮੈਦਾਨ ਵਿੱਚ ਮੈਂ ਨਹੀਂ ਲੜਨਾ ਮਹਾਰਾਜ ਇਸ ਤਰ੍ਹਾਂ ਦਾ ਜਿਨ੍ਹਾਂ ਦਾ ਸਰੂਪ ਹੈ ਜਿਨ੍ਹਾਂ ਨੂੰ ਵੇਖ ਕੇ ਮਨ ਮੋਇਆ ਜਾਵੇ ਐਸੇ ਨੇ ਉਹ ਪ੍ਰਮਾਤਮਾ ਇਹ ਵੀ ਉਹਨਾਂ ਦਾ ਇੱਕ ਨਾਮ ਹੈ ਜਿਹੜਾ ਇੰਨਾ ਸੁੰਦਰ ਹੈ ਵੀ ਉਸ ਨੂੰ ਵੇਖ ਕੇ ਦੁਨੀਆ ਮੋਈ ਜਾਂਦੀ ਹੈ ਬਖਸ਼ਿਸ਼ ਕਰਦੇ ਹਨ ਮੋਹਨ ਮਾधव ਕ੍ਰਿਸ਼ਨ ਮੁਰਾਰੇ ਮਾधव ਤੋਂ ਭਾਵ ਹੁੰਦਾ ਮਾਇਆ ਦਾ ਪਤੀ ਇਹ ਜਿਹੜੀ ਲక్ష్ਮੀ ਹੈ ਇਸ ਦਾ ਉਹ ਪਤੀ ਹੈ ਲక్ష్ਮੀ ਦਾ ਪਤੀ ਹੋਣ ਕਰਕੇ ਉਸ ਨੂੰ ਆਖਿਆ ਜਾਂਦਾ ਮਾधव ਜਾਂ ਕਹਿ ਲਈਏ ਮਾਧੋ ਬਚਨੋਂ ਦਾ ਨ ਮਾਧੋ ਹਮ ਐਸੇ ਤੂੰ ਐਸਾ ਮਾਦੋ ਤੂੰ ਭਾਵ ਹੈ ਮਾਇਆ ਦਾ ਪਤੀ ਬਚਨ ਆਪਾਂ ਪੜਦੇ ਹਾਂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੂਤਰਿਆ ਗੁਰਪ੍ਰਸਾਦ ਪਦ ਪਾਇਆ ਸੂਕੇ ਕਾਸ਼ਟ ਹਰਿਆ ਇਹ ਨਾਮ ਜਿਹੜਾ ਹੈ ਮਾਇਆ ਦਾ ਪਤੀ ਹੋਣ ਕਰਕੇ ਉਸ ਨੂੰ ਮਦ ਵਖਿਆ ਜਾਂਦਾ ਹੈ ਇਸ ਤਰ੍ਹਾਂ ਇਹ ਪ੍ਰਮਾਤਮਾ ਦੇ ਨਾਮ ਬਣੇ ਹੋਏ ਹਨ ਮੋਹਨ ਮਾधव ਕ੍ਰਿਸ਼ਨ ਮੁਰਾਰੇ ਤੇ ਕ੍ਰਿਸ਼ਨ ਤੋਂ ਭਾਵ ਹੈ ਨਹੀਂ ਹੈ ਕ੍ਰਿਸ਼ਤਾਈ ਜਿਸ ਵਿੱਚ ਜਿਹੜਾ ਕ੍ਰਿਸ਼ਤਾਈ ਤੋਂ ਰਹਿਤ ਹੈ ਜਿਹੜਾ ਕ੍ਰਿਸ਼ ਨਹੀਂ ਹੁੰਦਾ ਹੈ ਖਤਮ ਨਹੀਂ ਹੁੰਦਾ ਹੈ ਜਿਹੜਾ ਨਾਸ ਨਹੀਂ ਹੁੰਦਾ ਹੈ ਐਸਾ ਉਹ ਪ੍ਰਮਾਤਮਾ ਹੈ ਕ੍ਰਿਸ਼ਨ ਮੁਰਾਰੇ ਅਤੇ ਮੁਰਨਾ ਮੇ ਇੱਕ ਦੈਨ ਤੋਇਆ ਪਹਿਲੇ ਸਮੇਂ ਦੇ ਵਿੱਚ ਉਸ ਦੇ ਅਰੀ ਜਿਹੜੇ ਵੈਰੀ ਹਨ ਉਸ ਨੂੰ ਮਾਰਨ ਵਾਲੇ ਉਹਨੇ ਭਗਵਾਨ ਕ੍ਰਿਸ਼ਨ ਜੀ ਇਸ ਕਰਕੇ ਉਹਨਾਂ ਦਾ ਨਾਮ ਇਹ ਕਿਰਿਆ ਨਾਮ ਹੁੰਦਾ ਗੁਰਮੁਖੋ ਕਿਰਿਆ ਕਰਕੇ ਕੰਮ ਕਰਕੇ ਪੈ ਗਿਆ ਨਾਮ ਕਿ ਮੁਰਨਾਮੇ ਦੈਂਤ ਨੂੰ ਮਾਰਿਆ ਹੈ ਇਸ ਕਰਕੇ ਉਹਨਾਂ ਨੂੰ ਮੁਰਾਰੀ ਕਹਿ ਦਿੱਤਾ ਹੈ ਤੇ ਮਹਾਰਾਜ ਕਹਿਣ ਲੱਗੇ ਭਾਈ ਮੁਰ ਦੈਂਦ ਦਾ ਜੋ ਅਰੀ ਵੈਰੀ ਹੈ ਉਸ ਨੂੰ ਕਿਹਾ ਜਾਂਦਾ ਹੈ ਮੁਰਾਰੀ ਇਹ ਕਿਰਿਆ ਕਰਕੇ ਨਾਮ ਛੇ ਤਰ੍ਹਾਂ ਦੇ ਨਾਮ ਇਹਦੇ ਵਿੱਚ ਆਉਣਗੇ ਜਿਹੜੇ ਵੱਖਰੇ ਵੱਖਰੇ ਲੋਕਾਂ ਨੇ ਕਰਖ ਲੈਨੇ ਇਹ ਕਿਰਿਆ ਨਾਮ ਹਨ ਵੀ ਦੰਤ ਨੂੰ ਮਾਰਿਆ ਮੁਰ ਨੂੰ ਇਸ ਕਰਕੇ ਉਹਨਾਂ ਨੂੰ ਮਰਾਰੀ ਆਖਿਆ ਜਾਂਦਾ ਹੈ ਸ਼ਕਤੀਸ਼ਰ ਹਰ ਜਿਓ ਅਸਰ ਸੰਘਾਰੇ ਤੇ ਫਿਰ ਜਗਤ ਦਾ ਈਸ਼ਵਰ ਹੈ ਜਗਤ ਦਾ ਮਾਲਕ ਹੈ ਸਭ ਸੰਸਾਰ ਉਪਾਇਆ ਸਿਰੈ ਸਿਰ ਧੰਦੇ ਲਾਇਆ ਵੇਖਿਆ ਕੀਤਾ ਆਪਣਾ ਕਰ ਕੁਦਰਤ ਪਾਸਾ ਹਰ ਜਿਉ ਉਹ ਸਾਰੇ ਸੰਸਾਰ ਦਾ ਮਾਲਕ ਹੈ ਜਿੰਨੇ ਵੀ ਜੀਵ ਜਤਰੂ ਨੇ ਸਾਰੇ ਉਸ ਨੇ ਬਣਾਏ ਤੇ ਸਾਰਿਆਂ ਨੂੰ ਹੀ ਉਹ ਪਾਲਦਾ ਪਿਆ ਇਸ ਕਰਕੇ ਉਸ ਦਾ ਨਾਮ ਹੈ ਜਗਦੀਸ਼ਵਰ ਜਗਤ ਦਾ ਈਸ਼ਵਰ ਜਗਤ ਦਾ ਮਾਲਕ ਉਹ ਆਪ ਹੈ ਜਗਦੀਸ਼ਰ ਹਰ ਜਿਉ ਅਸਰ ਸੰਘਾਰੇ ਤੇ ਫਿਰ ਉਹ ਹਰੀ ਐ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਸਾਰਿਆਂ ਨੂੰ ਉਹ ਸਵਾਸ ਦਿੰਦਾ ਪਿਆ ਰਿਜਕ ਦਿੰਦਾ ਪਿਆ ਇਸ ਕਰਕੇ ਉਸ ਨੂੰ ਹਰ ਜਿਉ ਕਿਹਾ ਜਾਂਦਾ ਹੈ ਵੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਜਗਦੀਸ਼ ਹਰ ਜਿਉ ਅਸੁਰ ਸੰਘਾਰੇ ਤੇ ਅਸੁਰ ਜਿਹੜੇ ਦੈਂਤ ਹਨ ਉਹਨਾਂ ਨੂੰ ਸੰਘਾਰਨ ਵਾਲਾ ਨਾਸ ਕਰਨ ਵਾਲਾ ਉਹ ਪਰਮਾਤਮਾ ਹੈ 45 ਪਦਮ ਦੈਂਤ ਮੰਨੇ ਨੇ ਇਹਨੇ ਦੈਂਤਾਂ ਦਾ ਉਹ ਨਾਸ ਕਰਨ ਵਾਲਾ ਹੈ ਜਿਵੇਂ ਇਤਿਹਾਸ ਵਿੱਚ ਬਚਨ ਆਉਂਦਾ ਸੁੰਭ ਤੇ ਨਸੁੰਭ ਹੋਏ ਨੇ ਐਸੀ ਤਰ੍ਹਾਂ ਹਰਨਾਗਸ਼ ਵਰਗੇ ਹੋਏ ਨੇ ਇਨਾਂ ਦਾ ਨਾਸਕ ਰਾਵਣ ਵਰਗੇ ਹੋਏ ਇਹਨਾਂ ਦਾ ਨਾਸ ਕਰਨ ਵਾਲਾ ਐਸੇ ਤਰ੍ਹਾਂ ਮਹਿਕਾਸੁਰ ਵਰਗੇ ਹੋਏ ਰਕਤ ਬੀਜ ਵਰਗੇ ਹੋਏ ਸਵਾਸ ਬੀਜ ਵਰਗੇ ਹੋਏ ਇਹ ਉਹਨਾਂ ਦੈਨਤਾਂ ਦੇ ਨਾਮ ਨੇ ਬਲ ਰਾਜੇ ਵਰਗੇ ਹੋਏ ਇਹਨਾਂ ਸਾਰਿਆਂ ਦਾ ਉਹ ਨਾਸ ਕਰਨ ਵਾਲਾ ਇਸ ਕਰਕੇ ਉਹਦਾ ਨਾਮ ਪੈ ਗਿਆ ਅਸੁਰ ਸੰਘਾਰਨ ਦੈਨਤਾਂ ਦਾ ਜੋ ਨਾਸ ਕਰੇ ਐਸਾ ਉਹ ਪਰਮਾਤਮਾ ਹੈ ਜਗਜੀਵਨ ਅਬਨਾਸੀ ਠਾਕੁਰ ਜਗਤ ਦੇ ਜੀਵਾਂ ਨੂੰ ਜਿਉਣ ਕਰਕੇ ਉਸ ਦਾ ਨਾਮ ਜਗਜੀਵਨ ਹੈ ਸਾਰੇ ਸੰਸਾਰ ਨੂੰ ਨਾ ਜੀਵਨ ਦਾਣ ਦਿੰਦਾ ਪਿਆ ਸਾਨੂੰ ਸਾਹ ਮਿਲਦੇ ਪਏ ਅਸੀਂ ਜਿਉਂਦੇ ਪਿਆ ਤਾਂ ਉਹਨੂੰ ਕਿਹਾ ਜਾਂਦਾ ਜਗਜੀਵਨ ਸਾਨੂੰ ਉਹ ਰਿਜਕ ਦਿੰਦਾ ਛਕਣ ਵਾਸਤੇ ਪ੍ਰਸ਼ਾਦਾ ਭੋਜਨ ਤਾਂ ਉਹਨੂੰ ਕਿਹਾ ਜਾਂਦਾ ਜਗਤ ਨੂੰ ਜੀਵਨ ਦੇਣ ਵਾਲਾ ਜਿਹੜਾ ਪ੍ਰਸ਼ਾਦਾ ਭੋਜਨ ਅਸੀਂ ਛਕਦੇ ਆਂ ਉਹਦੇ ਫਿਰ ਪਚਾਉਣ ਦੀ ਸ਼ਕਤੀ ਹজম ਕਰਨ ਦੀ ਸ਼ਕਤੀ ਜਿਹਨੇ ਸਾਨੂੰ ਦਿੱਤੀ ਹੈ ਸਾਡੇ ਅੰਦਰ ਮਸ਼ੀਨਰੀ ਲਾਈ ਹੈ ਜੋ ਸਭ ਕੁਝ ਇਸ ਨੂੰ ਹজম ਕਰਦੀ ਪਈ ਹੈ ਇਸ ਕਰਕੇ ਉਹਨੂੰ ਕਿਹਾ ਜਾਂਦਾ ਹੈ ਜਗ ਜੀਵਨ ਦੁਨੀਆਂ ਨੂੰ ਜੀਵਨ ਦੇਣ ਵਾਲਾ ਹੈ ਜਗ ਜੀਵਨ ਅਵਨਾਸੀ ਠਾਕੁਰ ਉਹ ਪਰਮਾਤਮਾ ਅਬਨਾਸੀ ਨਾਸ ਤੋਂ ਰਹਿਤ ਹੈ ਦੁਨੀਆਂ ਦੀ ਕੋਈ ਵੀ ਤਾਕਤ ਪਰਮਾਤਮਾ ਨੂੰ ਮਾਰ ਨਹੀਂ ਸਕਦੀ ਹੈ ਉਸ ਨੂੰ ਮਾਰਿਆ ਨਹੀਂ ਜਾ ਸਕਦਾ ਹੈ ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਸਤ ਚੇਤਨ ਆਨੰਦ ਸਰੂਪ ਹੈ ਉਹ ਪ੍ਰਕਾਸ਼ ਸਰੂਪ ਹੈ ਜਿਵੇਂ ਆਤਮਾ ਦਾ ਕੋਈ ਅੰਤ ਨਹੀਂ ਕਰ ਸਕਦਾ ਆਤਮਾ ਮਾਰੀ ਨਹੀਂ ਜਾਂਦੀ ਹੈ ਇਸ ਤਰ੍ਹਾਂ ਉਹ ਪਰਮਾਤਮਾ ਵੀ ਜਿਹੜਾ ਆਤਮਾ ਦਾ ਮਾਲਕ ਹੈ ਉਸ ਨੂੰ ਮਾਰਿਆ ਨਹੀਂ ਜਾ ਸਕਦਾ ਨਾਸ ਤੋਂ ਰਹਿਤ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਗੁਣਧਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਇਹ ਬਚਨ ਮਹਾਰਾਜ ਦੇ ਨਾਸ ਤੋਂ ਰਹਿ ਧੋਣ ਕਰਕੇ ਉਹਦਾ ਅੰਤ ਕੋਈ ਨਹੀਂ ਇਸ ਕਰਕੇ ਉਸ ਨੂੰ ਅਬਨਾਸੀ ਆਖਦੇ ਹਨ ਜਗ ਜੀਵਨ ਅਬਨਾਸੀ ਠਾਕੁਰ ਠਾਕੁਰ ਤੋਂ ਭਾਵ ਹੁੰਦਾ ਗੁਰਮੁਖੋ ਮਾਲਕ ਜਿਵੇਂ ਬਚਨ ਆ ਗਿਆ ਨਾ ਇੱਕ ਆਪੁਰਖ ਸਬਾਈ ਨਾਰ ਜਿੰਨੇ ਵੀ ਆਪਾਂ ਜੀਵ ਜਨਤਾ ਨਾਲ ਸਾਰੇ ਪ੍ਰਮਾਤਮਾ ਦੀਆਂ ਨਾਰਾਂ ਹਨ ਇਸਤਰੀਆਂ ਹਨ ਜੋ ਪ੍ਰਮਾਤਮ ਕੱਲਾ ਹੀ ਇੱਕ ਮਰਦ ਸਰੂਪ ਤੇ ਸਾਰਿਆਂ ਦਾ ਮਾਲਕ ਹੈ ਇਸ ਕਰਕੇ ਉਸ ਨੂੰ ਠਾਕੁਰ ਕਿਹਾ ਜਾਂਦਾ ਵੀ ਉਹ ਸਾਰਿਆਂ ਦਾ ਮਾਲਕ ਹੈ ਘਟ ਘਟ ਵਾਸੀ ਹੈ ਸੰਗਾਂ ਉਹ ਪਰਮਾਤਮਾ ਫਿਰ ਘਟਾਂ ਘਟਾਂ ਵਿੱਚ ਵਸਿਆ ਹੋਇਆ ਕੋਈ ਐਹੋ ਜੀ ਜਗ੍ਹਾ ਨਹੀਂ ਵੀ ਜਿੱਥੇ ਉਹ ਨਾ ਹੋਵੇ ਸਾਰਿਆਂ ਸਾਵਾਂ ਤੇ ਉਸ ਦੀ ਜੋਤ ਹੈ ਉਸ ਦੀ ਚੇਤਨ ਸਤਾ ਹੈ ਜਿਨ੍ਹਾਂ ਨੇ ਇਹ ਭਰੋਸਾ ਰੱਖਿਆ ਮੱਖਣਸ਼ਾਹ ਵਰਗਿਆਂ ਨੇ ਉਹਨਾਂ ਦੇ ਸਮੁੰਦਰਾਂ ਵਿੱਚ ਵੀ ਬੇੜੇ ਬੰਨੇ ਲਾ ਦਿੱਤੇ ਭਰੋਸਾ ਰੱਖਣ ਵਾਲਿਆਂ ਤੇ ਜਿਨ੍ਹਾਂ ਨੇ ਭਰੋਸਾ ਰੱਖਿਆ ਹੈ ਬਹਾਦਰ ਬਿਧੀ ਚੰਦ ਵਰਗਿਆ ਨੇ ਉਹ ਬਲਦੇ ਹੋਏ ਪਠ ਦੇ ਵਿੱਚ ਵੀ ਬੈਠ ਗਿਆ ਤੇ ਵਾਲ ਤੱਕ ਨਹੀਂ ਵਿੰਗਾ ਹੋਇਆ ਹੈ ਇਸ ਤਰ੍ਹਾਂ ਭਾਈ ਜਿਹੜੇ ਭਰੋਸਾ ਰੱਖਦੇ ਮਹਾਰਾਜ ਦੇ ਉੱਪਰ ਵੀ ਉਹ ਸਾਰਿਆਂ ਥਾਵਾਂ ਤੇ ਹੈ ਉਹਨਾਂ ਦੀ ਫਿਰ ਉਹ ਰਾਖੀ ਕਰਦਾ ਹੈ ਘਟਾਂ ਘਟਾਂ ਦੇ ਵਿੱਚ ਰਹਿਣ ਵਾਲਾ ਤੇ ਸਾਰਿਆਂ ਦਾ ਸੰਗਾ ਕੀ ਇਹ ਵੀ ਨਾਲ ਹੀ ਹੈ ਸਾਰਿਆਂ ਦੇ ਕਿਸੇ ਤੋਂ ਦੂਰ ਨਹੀਂ ਹੈ ਉਹ ਹਰ ਵੇਲੇ ਤੇਰੇ ਕੋਲ ਹੈ ਸਗਲ ਬਨਸਪਤ ਮੈਂ ਬਹਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਾਧੋ ਜੀਆ ਸਾਰਿਆਂ ਦੇ ਵਿੱਚ ਹੀ ਹੈ ਸਾਰਿਆਂ ਦੇ ਨਾਲ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਧਰਨੀ ਧਰ ਈਸ਼ ਨਾਰ ਸਿੰਘ ਨਰਾਇਣ ਧਰਨੀ ਧਰ ਜੋ ਧਰਨੀ ਧਰਤੀ ਹੈ ਇਸ ਨੂੰ ਧਰ ਕੇ ਇਹ ਆਸਰਾ ਦੇਣ ਵਾਲਾ ਧਰਤੀ ਉਹਦੇ ਆਸਰੇ ਖਲੋਤੀ ਹੈ ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਲ ਸਿੱਧਾਂ ਦੀ ਵਿਚਾਰ ਹੋਈ ਸੀ ਨਾ ਤੇ ਸਿੱਧਾਂ ਨੇ ਆਖਿਆ ਵੀ ਧਰਤੀ ਨੂੰ ਤੌਲੇ ਬਲਦ ਨੇ ਚੁਕਿਆ ਹੋਇਆ ਤੇ ਮਹਾਰਾਜ ਸਾਹਿਬ ਜੀ ਨੇ ਪੁੱਛਿਆ ਸੀ ਫਿਰ ਉਹ ਬਲਦ ਨੂੰ ਕਿੰਨੇ ਚੁਕਿਆ ਹੋਇਆ ਕਹਿੰਦੇ ਜੀ ਬਲਦ ਦੇ ਥੱਲੇ ਇੱਕ ਹੋਰ ਧਰਤੀ ਹੈ ਕਹਿੰਦੇ ਫਿਰ ਉਸ ਧਰਤੀ ਥੱਲੇ ਕੀ ਹੈ ਕਹਿੰਦੇ ਜੀ ਉਹਦੇ ਥੱਲੇ ਇੱਕ ਹੋਰ ਤੌਲਾ ਬਲਦ ਹੈ ਉਹ ਲੰਮੀ ਲੜੀ ਚੱਲ ਪਈ ਪਾਤਸ਼ਾਹ ਕਹਿਣ ਲੱਗੇ ਛੱਡੋ ਗੱਲਾਂ ਸਭ ਤੋਂ ਥੱਲੇ ਜਿਹੜੀ ਧਰਤੀ ਉਹਦੇ ਥੱਲੇ ਕੀ ਹੈ ਕਹਿਣ ਲੱਗੇ ਜਿਉ ਰੱਬ ਦੇ ਆਸਰੇ ਖਲੋਤੀ ਐ ਨਾਮ ਦੇ ਆਸਰੇ ਖਲੋਤੀ ਐ ਤੇ ਪਾਤਸ਼ਾਹ ਕਹਿਣ ਲੱਗੇ ਫਿਰ ਇੰਦੀਆਂ ਧਰਤੀਆਂ ਇੰਨੇ ਬਲਦ ਪੈਦਾ ਕਰਕੇ ਕਹਾਣੀ ਲੰਮੀ ਲੈ ਕੇ ਜਾ ਰਹੇ ਹੋ ਪਹਿਲਾਂ ਹੀ ਕਹਿ ਦਿਓ ਵੀ ਧਰਤੀ ਧਰਮ ਦੇ ਆਸਰੇ ਰੱਬ ਦੇ ਆਸਰੇ ਖਲੋਤੀ ਐ ਧੌਲ ਧਰਮ ਦਇਆ ਕਾ ਪੂਤ ਫਿਰ ਤੇ ਇਹ ਬਚਨ ਆਖਿਆ ਕਹਿਣ ਲੱਗੇ ਵੀ ਭਾਈ ਜਿਹੜਾ ਧੌਲਾ ਬਲਦ ਤੁਸੀਂ ਕਹਿੰਦੇ ਹੋ ਨਾ ਚਿੱਟੇ ਬਲਦ ਨੇ ਚੁੱਕੀ ਐ ਇਹ ਅਸਲ ਵਿੱਚ ਧਰਮ ਰੂਪੀ ਬਲਦ ਹੈ ਤੇ ਦਇਆ ਇਸ ਦੀ ਮਾਂ ਹੈ ਦਇਆ ਵਿੱਚੋਂ ਧਰਮ ਪੈਦਾ ਹੁੰਦਾ ਜਿੱਥੇ ਦਇਆ ਨਾ ਹੋਵੇ ਉੱਥੇ ਧਰਮ ਨਹੀਂ ਹੈ ਜਿੱਥੇ ਦਇਆ ਹੋਵੇ ਧਰਮ ਉੱਥੇ ਹੀ ਹੈ ਇਹ ਦਇਆ ਤੋਂ ਧਰਮ ਪੈਦਾ ਹੁੰਦਾ ਤੇ ਧਰਮ ਦੇ ਆਸਰੇ ਧਰਤੀ ਖਲੋਤੀ ਐ ਇਸ ਨੂੰ ਕਿਸੇ ਨੇ ਚੁੱਕਿਆ ਨਹੀਂ ਇਹ ਮਹਾਰਾਜ ਨੇ ਬਚਨ ਸਮਝਾਇਆ ਕਹਿਣ ਲੱਗੇ ਧਰਨੀ ਧਰ ਧਰਤੀ ਨੂੰ ਆਸਰਾ ਦੇਣ ਵਾਲਾ ਉਹ ਪ੍ਰਮਾਤਮਾ ਉਹਦੇ ਆਸਰੇ ਖਲੋਤੀ ਐ ਉਹਦੇ ਤੋਂ ਬਿਨਾਂ ਐਵੇਂ ਕਹਾਣੀਆਂ ਬਣਾ ਲੈਣੀਆਂ ਪਿਓ ਸਾਪ ਨੇ ਉਸ ਨੂੰ ਚੁੱਕਿਆ ਹੋਇਆ ਕੋਈ ਆਖ ਦੇ ਵੀ ਉਸ ਨੂੰ ਬਲਦ ਨੇ ਚੁੱਕਿਆ ਹੋਇਆ ਕੋਈ ਆਖ ਦਾ ਸਿੰਘ ਨੇ ਚੁੱਕਿਆ ਹੋਇਆ ਇਹ ਤੇ ਐਵੇਂ ਮੂਹ ਦੀਆਂ ਗੱਲਾਂ ਨੇ ਸੋ ਇਸ ਕਰਕੇ ਧਰਤੀ ਨੂੰ ਆਸਰਾ ਦੇਣ ਵਾਲਾ ਪ੍ਰਮਾਤਮਾ ਹੀ ਹੈ ਧਰਣੀ ਧਰ ਈਸ਼ ਨਾਰ ਸਿੰਘ ਨਰਾਇਣ ਈਸ਼ ਉਹ ਸਾਰਿਆਂ ਦਾ ਮਾਲਕ ਹੈ ਇਸ ਕਰਕੇ ਉਸ ਨੂੰ ਕਿਹਾ ਜਾਂਦਾ ਈਸ਼ਵਰ ਜਿਵੇਂ ਇਸਾਈ ਮਤ ਵਾਲੇ ਈਸ਼ਵਰ ਕਹਿੰਦੇ ਇਹ ਪ੍ਰਮਾਤਮਾ ਦਾ ਇੱਕ ਨਾਮ ਹੈ ਈਸ਼ਵਰ ਤੋਂ ਭਾਵ ਇਸ ਕਹਿੰਦੇ ਜੋ ਸਾਰਿਆਂ ਦਾ ਮਾਲਕ ਹੋਵੇ ਸਾਰੀ ਜਗਤ ਜਿਸ ਨੇ ਬਣਾਇਆ ਇਸ ਕਰਕੇ ਉਸ ਨੂੰ ਈਸ਼ਵਰ ਆਖਿਆ ਜਾਂਦਾ ਹੈ ਰਾਜ ਸਿੰਘ ਨਰਾਇਣ ਅਤੇ ਨਰ ਸਿੰਘ ਉਹਦਾ ਇੱਕ ਨਾਮ ਪੈ ਗਿਆ ਕਿ ਰਿਆ ਕੰਮ ਕਰਨ ਕਰਨ ਵਾਸਤੇ ਕਹਿਣ ਲੱਗੇ ਕਿ ਅਰੁਣ ਹਾਸ਼ ਨਾਮ ਦਾ ਰਾਜਾ ਹੋਇਆ ਪਹਿਲੇ ਸਮੇਂ ਵਿੱਚ ਜਨਤਾ ਦੇ ਅੰਦਰ ਤੇ ਮਲਤਾਨ ਦੇ ਰਹਿਣ ਵਾਲਾ ਸੀ ਮਲਤਾਨ ਸ਼ਹਿਰ ਅਜੇ ਪਾਕਿਸਤਾਨ ਦੇ ਵਿੱਚ ਹੈ ਇਹਨੇ ਬੜਾ ਭਾਰੀ ਤਪ ਕਰਕੇ ਵਰ ਮੰਗ ਲਿਆ ਸੀਗਾ ਵੀ ਮੈਂ ਧਰਤੀ ਤੇ ਮੌਤ ਨਾ ਆਵੇ ਆਕਾਸ਼ ਵਿੱਚ ਵੀ ਨਾ ਕਿਤੇ ਮਰ ਜਾਵਾਂ ਘਰ ਦੇ ਮਹਿਲਾਂ ਦੇ ਅੰਦਰ ਵੀ ਨਾ ਮਰਾਂ ਤੇ ਬਾਹਰ ਵੀ ਮੈਨੂੰ ਮੌਤ ਨਾ ਆਵੇ ਮੈਂ ਦਿਨੇ ਵੀ ਨਾ ਮੈਨੂੰ ਮੌਤ ਆਵੇ ਜਦੋਂ ਸੂਰਜ ਚੜ੍ਹਿਆ ਹੋਵੇ ਜਦੋਂ ਚੰ드ਰਮਾ ਹੋਵੇ ਉਦੋਂ ਰਾਤ ਨੂੰ ਵੀ ਮੌਤ ਨਾ ਆਵੇ ਮੈਂ ਕਿਸੇ ਹਥਿਆਰ ਦੇ ਨਾਲ ਵੀ ਨਾ ਮਾਰਿਆ ਜਾਵਾਂ ਕੋਈ ਚਾਕੂ ਕੋਈ ਡੰਡਾ ਸੋਟਾ ਲਿਆ ਕੇ ਕੋਈ ਕਿਰਪਾਨ ਬੰਦੂਕ ਲਿਆ ਕੇ ਵੀ ਮੈਨੂੰ ਮਾਰ ਨਾ ਸਕੇ ਅਤੇ ਅੱਠਵਾਂ ਵਾਰ ਇਹ ਮੰਗ ਲਿਆ ਵੀ ਮੈਨੂੰ 84 ਲੱਖ ਜੂਨਾ ਵਿੱਚੋਂ ਕੋਈ ਨਾ ਮਾਰ ਸਕੇ ਇਸ ਤਰ੍ਹਾਂ ਦੇ ਅੱਠ ਵਾਰ ਲੈ ਕੇ ਫਿਰ ਹੰਕਾਰੀ ਹੋ ਗਿਆ ਵੀ ਹੁਣ ਮੈਨੂੰ ਮੌਤ ਨਹੀਂ ਆਉਣੀ ਹੈ ਉਸ ਵੇਲੇ ਪ੍ਰਮਾਤਮਾ ਨੇ ਫਿਰ ਨਰ ਸਿੰਘ ਦਾ ਅਵਤਾਰ ਧਾਰਿਆ ਵਿਦਵਾਨ ਕਹਿੰਦੇ ਨੇ ਉਹਦਾ ਸਰੂਪ ਇਹੋ ਜਿਹਾ ਬਣਾਇਆ ਉਸਨੇ ਵੀ ਜਿਹੜੇ ਪੈਰ ਸਨ ਉਸ ਦੇ ਚਾਰ ਉਹ ਗਾਂ ਦੇ ਪੈਰ ਲਾ ਲਏ ਉਸਨੇ ਗਾਵਾਂ ਦੇ ਪੈਰ ਥੱਲਿਓਂ ਖੁਰ ਜਿਹੜੇ ਗਾਵਾਂ ਵਰਗੇ ਉਸਦੇ ਖੁਰੀਆਂ ਬਣਾ ਕੇ ਆ ਗਿਆ ਅਤੇ ਜਿਹੜਾ ਧੜ ਸੀ ਉਸ ਦਾ ਛਾਤੀ ਵਗੈਰਾ ਗੋਡਿਆਂ ਤੋਂ ਉੱਪਰ ਉਹ ਮਨੁੱਖ ਦਾ ਬਣਾ ਕੇ ਅਤੇ ਜਿਹੜਾ ਸਿਰ ਅਤੇ ਜਿਹੜੀਆਂ ਬਾਹਾਂ ਸਨ ਉਹ ਸ਼ੇਰ ਦੀਆਂ ਬਣਾ ਕੇ ਪ੍ਰਗਟ ਹੋਇਆ ਸਿਰ ਵੀ ਸ਼ੇਰ ਦਾ ਤੇ ਬਾਹਾਂ ਜਿਹੜੀਆਂ ਅਗਲੇ ਪੰਜੇ ਸਨ ਬੜੇ ਬੜੇ ਨਿਉਂਦਰਾਂ ਵਾਲੇ ਬਣਾ ਕੇ ਨਰਸਿੰਘ ਜੀ ਉਸ ਵੇਲੇ ਪ੍ਰਗਟ ਹੋਏ ਜਦੋਂ ਹਰਨਾਕਸ਼ ਨੇ ਤਲਵਾਰ ਕੱਢ ਕੇ ਪ੍ਰਹਿਲਾਦ ਦਾ ਸਿਰ ਵਡਨ ਵਾਸਤੇ ਆਖਿਆ ਨਾ ਵੀ ਦੱਸ ਤੇਰੀ ਰਖਿਆ ਕਰਨ ਵਾਲਾ ਕਿੱਥੇ ਹੈ ਹੁਣ ਤੇਰ ਨੂੰ ਮੇਰੇ ਤੋਂ ਕੋਈ ਬਚਾ ਨਹੀਂ ਸਕਦਾ ਇਸ ਤਰ੍ਹਾਂ ਕਹਿ ਕੇ ਜਦੋਂ ਤਲਵਾਰ ਦਾ ਵਾਰ ਕੀਤਾ ਤੇ ਉਹ ਥੰਮ ਦੇ ਵਿੱਚੋਂ ਹੀ ਪ੍ਰਗਟ ਹੋ ਗਿਆ ਹਰੀ ਹਰ ਪਰਮੇਸ਼ਰ ਜੀ ਇਧਰੋਂ ਹਰਨਾਕਸ਼ ਨੇ ਤਲਵਾਰ ਦਾ ਵਾਰ ਕਰ ਦਿੱਤਾ ਪ੍ਰਹਲਾਦ ਦੇ ਉੱਪਰ ਉਦੋਂ ਹਰੀ ਨੇ ਫਿਰ ਆ ਕੇ ਉਸ ਦੀ ਤਲਵਾਰ ਦੇ ਵਾਰ ਨੂੰ ਰੋਕ ਕੇ ਤੇ ਬੜਾ ਭਾਰੀ ਜੰਗ ਕੀਤਾ ਜੰਗ ਕਰਕੇ ਫਿਰ ਹਰਨਾਕਸ਼ ਨੂੰ ਸਵੇਰ ਤੋਂ ਜੰਗ ਸ਼ੁਰੂ ਹੋਇਆ ਸ਼ਾਮ ਤੱਕ ਲੜਦੇ ਰਹੇ ਜਦੋਂ ਸੰਧਿਆ ਦਾ ਸਮਾਂ ਹੋਇਆ ਸੂਰਜ ਅਸਤ ਹੁੰਦਾ ਪਿਆ ਉਦੋਂ ਫਿਰ ਮਾਰ ਮਾਰ ਕੇ ਉਸ ਨੂੰ ਅਧਮੋਇਆ ਕਰ ਦਿੱਤਾ ਤੇ ਆਪਣੇ ਗੋਡਿਆਂ ਦੇ ਉੱਪਰ ਲੰਮੇ ਪਾ ਕੇ ਤੇ ਦਰਵਾਜ਼ੇ ਦੀ ਦਹਲੀਜ਼ ਦੇ ਵਿੱਚ ਬੈਠ ਗਏ ਕਹਿਣ ਲੱਗੇ ਲੈ ਨਰਸਿੰਘ ਤੇਰੇ ਲੈ ਬਚਨ ਆਖਿਆ ਕਹਿਣ ਲੱਗੇ ਲੈ ਸੋ ਉਹ ਜਿਹੜਾ ਰਾਜਾ ਸੀਗਾ ਹਰਨਾਕਸ਼ ਕਹਿੰਦੇ ਲੈ ਵੀ ਤੇਰੇ ਅਸੀਂ ਸਾਰੇ ਵਰ ਪੂਰੇ ਕਰ ਦਿੱਤੇ ਤੂੰ ਸਾਡੇ ਗੋਡਿਆਂ ਦੇ ਉੱਪਰ ਲੰਮੇ ਪਿਆ ਹੋਇਆ ਧਰਤੀ ਤੇ ਆਕਾਸ਼ ਦੋਨੇ ਹੀ ਨਹੀਂ ਅੰਦਰ ਬਾਹਰ ਨਹੀਂ ਦਰਵਾਜ਼ੇ ਦੇ ਵਿੱਚ ਬੈਠ ਗਏ ਆ ਨਾ ਰਾਤ ਨਾ ਦਿਨ ਐ ਇਸ ਵੇਲੇ ਸੰਧਿਆ ਪੈਂਦੀ ਪਈ ਐ ਤੇ 84 ਲੱਖ ਜੂਨਾ ਵਿੱਚੋਂ ਅਸੀਂ ਨਹੀਂ ਆਏ ਤੇ ਸ਼ਸਤਰਾਂ ਨਾਲ ਤੂੰ ਮਰਨਾ ਨਹੀਂ ਅਸੀਂ ਆਪਣੇ ਨੋਹਾਂ ਨਾਲ ਹੀ ਤੈਨੂੰ ਪਾੜ ਦੇਣਾ ਹੈ ਇਸ ਤਰ੍ਹਾਂ ਨੋਹਾਂ ਨਾਲ ਪਾੜ ਕੇ ਮਾਰਿਆ ਹਰਨਾਖਿਸ਼ ਨੂੰ ਕਹਿਣ ਲੱਗੇ ਉਹ ਜਿਹੜਾ ਅਵਤਾਰ ਧਾਰਿਆ ਸੀ ਉਸ ਨੂੰ ਨਰਸਿੰਘ ਕਿਹਾ ਜਾਂਦਾ ਹੈ ਵੀ ਅੱਧਾ ਸਰੀਰ ਮਨੁੱਖ ਦਾ ਹੈ ਅੱਧਾ ਸ਼ੇਰ ਦਾ ਹੈ ਇਹ ਉਹ ਨਾਂ ਨੇ ਕਿਰਿਆ ਕੀਤੀ ਕੰਮ ਐਸਾ ਕੀਤਾ ਵੀ ਐਸਾ ਨਾਮ ਬਣ ਗਿਆ ਹੈ ਕਰਨੀ ਤਾਰੀਸ ਨਾਰ ਸਿੰਘ ਨਰਾਇਣ ਅਤੇ ਨਰਾਇਣ ਤੋਂ ਭਾਵ ਹੁੰਦਾ ਨਾਰ ਆਇਨ ਨਾਰ ਨਾਮ ਜਲਦਾ ਹੈ ਤੇ ਆਇਨ ਨਾਮ ਜਿਹੜੇ ਮਰਾਠੇ ਇੰਚ ਨਾ ਦੱਖਣ ਦੇ ਵਿੱਚ ਉਹ ਪਾਣੀ ਨੂੰ ਜਲ ਨੂੰ ਨਾਰ ਕਹਿੰਦੇ ਨੇ ਕਹਿਣ ਲੱਗੇ ਨਾਰ ਨਾਮ ਹੈ ਪਾਣੀ ਦਾ ਤੇ ਆਇਨ ਨਾਮ ਹੈ ਘਰ ਦਾ ਜਿਹਦਾ ਪਾਣੀ ਵਿੱਚ ਘਰ ਹੈ ਉਸ ਨੂੰ ਕਿਹਾ ਜਾਂਦਾ ਹੈ ਨਾਰਾਇਣ ਪਾਣੀ ਵਿੱਚ ਜਨੇ ਘਰ ਬਣਾ ਕੇ ਪਾਣੀ ਵਿੱਚ ਸਜਾ ਬਣਾ ਕੇ ਛੇਸ਼ਨਾਗ ਦੇ ਉੱਪਰ ਜਿਹੜਾ ਸੁਤਾ ਪਿਆ ਉਹਦੀ ਕੁੰਡਲੀ ਦੇ ਉੱਪਰ ਬਰਾਜਦਾ ਪਿਆ ਹੈ ਉਸ ਨੂੰ ਨਾਰਾਇਣ ਆਖਿਆ ਜਾਂਦਾ ਹੈ ਮਹਾਰਾਜ ਫਿਰ ਬਖਸ਼ ਦੇ ਹਾਨਾ ਤਰਣੀ ਤਾਰੀਸ ਨਰ ਸਿੰਘ ਨਾਰਾਇਣ ਤੇ ਨਾਰਾਇਣ ਦਾ ਦੂਜਾ ਅਰਥ ਇਹ ਕੀਤਾ ਹੈ ਜਿਹੜਾ ਨਰ ਆਣ ਨਰਾਂ ਨਰਾਂ ਵਿੱਚ ਆਣ ਜਿਹੜਾ ਆਇਆ ਹੋਇਆ ਹੈ ਜਿਹੜਾ ਹਰੇਕ ਸ਼ਰੀਰ ਵਿੱਚ ਆ ਕੇ ਬੈਠਾ ਹੈ ਸੋ ਜਿਮੀ ਜਮਾਨ ਕਹਿ ਬਖੈ ਸਮਸਤ ਏਕ ਜੋਤ ਹੈ ਜਿਸ ਦੀ ਜੋਤ ਸਾਰਿਆਂ ਵਿੱਚ ਹੀ ਹੈ ਸਾਰੇ ਸਰੀਰਾਂ ਵਿੱਚ ਜਿਹੜਾ ਬੈਠਾ ਉਸ ਨੂੰ ਨਰਾਇਣ ਆਖਿਆ ਜਾਂਦਾ ਹੈ। ਦਾੜਾ ਅਗਰੇ ਪ੍ਰਥਮ ਤਰਾਇਣ ਜਿਸ ਪ੍ਰਮਾਤਮਾ ਨੇ ਸੂਰ ਦਾ ਅਵਤਾਰ ਧਾਰ ਕੇ ਤੇ ਦਾੜਾ ਦੇ ਅੱਗੇ ਆਪਣੀ ਧਰਤੀ ਨੂੰ ਚੁੱਕ ਲਿਆ ਸੀ ਇਹ ਕਿਰਿਆ ਨਾਮ ਨੇ ਗੁਰਮੁਖੋ ਜਿਹੋ ਜਿਹਾ ਕੰਮ ਕੀਤਾ ਉਹੋ ਜਿਹਾ ਨਾਮ ਪੈ ਗਿਆ। ਹਰਨਾਖਸ਼ ਦਾ ਭਰਾ ਸੀਗਾ ਹਰਨ ਕਪਸ਼ ਉਹਨੂੰ ਫਿਰ ਇਸ ਤਰ੍ਹਾਂ ਗੁੱਸਾ ਬੜਾ ਭਾਰੀ ਆਇਆ ਕਿ ਇਹ ਦੇਵਤੇ ਸਾਡੇ ਨਾਲ ਲੜਦੇ ਨੇ ਗੁਰਮੁਖੋ ਜਿਹੜੀ ਕਸ਼ਮੀਰ ਦੀ ਧਰਤੀ ਹੈ ਨਾ ਉਸ ਨੂੰ ਤੋੜ ਕੇ ਨਾ ਵੱਖਰਾ ਕਰਕੇ ਇਹ ਜਿਹੜਾ ਹਰਨ ਕਪਸ਼ ਸੀਗਾ ਥੱਲੇ ਪਤਾਲ ਵਿੱਚ ਲੈ ਗਿਆ ਸੀਗਾ ਪਤਾਲ ਵਿੱਚ ਜਾ ਕੇ ਧਰਤੀ ਦਾ ਟੁਟਾ ਉੱਥੇ ਲੁਕਾ ਦਿੱਤਾ ਟਕਾ ਦਿੱਤਾ ਚਾਰਛ ਫੇਰੇ ਗੰਦਗੀ ਦੇ ਢੇਰ ਲਾ ਦਿੱਤੇ ਗੰਦਗੀ ਲਿਆ ਕੇ ਖਿਲਾਰ ਦਿੱਤੀ ਵੀ ਰੱਬ ਗੰਦਗੀ ਵਾਲੀ ਥਾਂ ਤੇ ਨਹੀਂ ਆਵੇਗਾ ਵੀ ਦੇਵਤੇ ਗੰਦੀ ਥਾਂ ਤੇ ਨਹੀਂ ਆਉਣਗੇ ਭਗਵਾਨ ਵਿਸ਼ਨੂੰ ਵੀ ਨਹੀਂ ਉੱਥੇ ਆ ਸਕਣਗੇ ਗੰਦੀ ਥਾਂ ਵੇਖ ਕੇ ਰੂੜੀ ਵੇਖ ਕੇ ਗੰਦਗੀ ਵੇਖ ਕੇ ਇਸ ਤਰ੍ਹਾਂ ਜਿਹੜਾ ਹਰਣ ਕਪਸ਼ੇ ਨੇ ਇਹ ਕਾਰਜ ਕੀਤਾ ਸੀਗਾ ਉਸ ਵੇਲੇ ਫਿਰ ਪ੍ਰਮਾਤਮਾ ਨੇ ਕੀ ਕੀਤਾ ਵੀ ਸੂਰ ਦਾ ਅਵਤਾਰ ਧਾਰਿਆ ਕਿਉਂਕਿ ਸੂਰ ਗੰਦਗੀ ਵਿੱਚ ਚਲੇ ਜਾਂਦਾ ਹੈ ਤੇ ਲੰਮੀਆਂ ਲੰਮੀਆਂ ਸੂਰ ਦੀਆਂ ਦਾੜਾਂ ਹੁੰਦੀਆਂ ਨਾ ਗਾਂ ਨੂੰ ਦੋ ਸਿੰਘ ਜੈ ਨਿਕਲੇ ਹੁੰਦੇ ਮੂੰਹ ਦੇ ਕੋਲੋਂ ਇਸ ਤਰ੍ਹਾਂ ਦਾ ਸਰੂਪ ਬਣਾ ਕੇ ਉੱਥੇ ਪਹੁੰਚੇ ਤੇ ਧਰਤੀ ਨੂੰ ਲੈ ਕੇ ਤੁਰਨ ਲੱਗੇ ਜਦੋਂ ਤੁਰ ਲਗੇ ਤੇ ਹਰਣਕਪਸ਼ ਨੂੰ ਪਤਾ ਲੱਗ ਗਿਆ ਵੀ ਇਹ ਧਰਤੀ ਵਾਪਸ ਲੈ ਕੇ ਚੱਲੇ ਉਸਨੇ ਫਿਰ ਬੜਾ ਭਾਰੀ ਜੰਗ ਕੀਤਾ ਹਰਣਕਪਸ਼ ਨੇ ਬਰਾ ਅਵਤਾਰ ਦੇ ਨਾਲ ਬਰਾ ਸੂਰ ਨੂੰ ਕਹਿੰਦੇ ਸੂਰ ਦੇ ਅਵਤਾਰ ਨਾਲ ਜੰਗ ਕਰਦਿਆਂ ਕਰਦਿਆਂ ਫਿਰ ਬਰਾ ਅਵਤਾਰ ਦੀਆਂ ਨੇ ਮੁਕੀ ਮਾਰ ਕੇ ਇਹਦਾ ਅੰਤ ਕੀਤਾ ਇਹਨੂੰ ਮਾਰਿਆ ਹਰਣਕਪਸ਼ ਨੂੰ ਤੇ ਧਰਤੀ ਨੂੰ ਆਪਣੀਆਂ ਦਾੜਾਂ ਦੇ ਅੱਗੇ ਰੱਖ ਕੇ ਹੁਣ ਨੱਕ ਦੇ ਕੋਲ ਦੋ ਦਾੜਾਂ ਬਾਹਰ ਨੂੰ ਨਿਕਲੀਆਂ ਹੋਈਆਂ ਉਹਦੇ ਉੱਪਰ ਰੱਖ ਕੇ ਇਹ ਧਰਤੀ ਵਾਪਸ ਲਿਆ ਕੇ ਫਿਰ ਟਕਾਈ ਹੈ ਇਹ ਕਸ਼ਮੀਰ ਦੀ ਧਰਤੀ ਜਿਹੜੀ ਹੈ ਇੱਥੇ ਲਿਆ ਕੇ ਫਿਰ ਉਸ ਨੂੰ ਟਕਾਇਆ ਹੈ ਕਸ਼ਪ ਨਾਮ ਦਾ ਰਖੀ ਇੱਕ ਹੋਇਆ ਪਹਿਲੇ ਸਮੇਂ ਵਿੱਚ ਫਿਰ ਉਸ ਨੂੰ ਹੁਕਮ ਕੀਤਾ ਭਗਵਾਨ ਜੀ ਆ ਨੇ ਵੀ ਤੁਸੀਂ ਇਸ ਨੂੰ ਆਬਾਦ ਕਰੋ ਇਹਨੂੰ ਫਿਰ ਸਜਾਓ ਪਹਿਲਾਂ ਦੇ ਵਾਂਗ ਉਹਨਾਂ ਨੇ ਫਿਰ ਇਸ ਤਰ੍ਹਾਂ ਦੇ ਪਹਾੜ ਬੂਟੇ ਵਗੈਰਾ ਨਵੀਆਂ ਨਵੀਆਂ ਚੀਜ਼ਾਂ ਇੱਥੇ ਪੈਦਾ ਕਰਕੇ ਇਸ ਨੂੰ ਸ਼ਿੰਗਾਰਿਆ ਇਸ ਤਰ੍ਹਾਂ ਹਰਣ ਕਪਸ਼ ਦਾ ਅੰਤ ਕਰਨ ਵਾਸਤੇ ਸੂਰ ਦਾ ਅਵਤਾਰ ਧਾਰਿਆ ਸੀ ਇਸ ਕਰਕੇ ਆਖਿਆ ਜਾਂਦਾ ਦਾੜਾ ਅਗਰੇ ਦਾੜਾ ਦੇ ਅਗਰੇ ਕਈ ਉੱਪਰ ਸਾਹਮਣੇ ਪ੍ਰਥਮ ਨਾਮ ਧਰਤੀ ਦਾ ਧਰਾਇਣ ਕਈ ਧਾਰਨ ਕਰਨ ਵਾਲਾ ਜਿਹੜਾ ਦਾੜਾਂ ਦੇ ਉੱਪਰ ਧਰਤੀ ਰੱਖ ਕੇ ਵਾਪਸ ਲੈ ਆਇਆ ਉਸ ਨੂੰ ਕਿਹਾ ਜਾਂਦਾ ਹੈ ਸੋ ਇਹ ਅਵਤਾਰ ਲਿਆ ਪਰਮਾਤਮਾ ਨੇ ਕਹਿੰਦੇ ਵੀ ਐਸੇ ਤੁਹਾਡੇ ਕੌਤਕਮਾਰਾਜ ਤੁਸੀਂ ਕੀਤੇ ਹੋਏ ਹਨ 52 ਰੂਪ ਕੀਆ ਤੁਤ ਕਰਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਆਪ ਜੀਆ ਨੇ 52 ਰੂਪ ਧਾਰਨ ਕੀਤਾ ਗੁਰਮੁਖੋ ਇੱਕ ਬਲ ਨਾਮ ਦਾ ਰਾਜਾ ਹੋਇਆ ਪਹਿਲੇ ਸਮੇਂ ਦੇ ਵਿੱਚ ਉਸਨੇ ਪ੍ਰਣੇ ਕੀਤਾ ਵੀ ਮੈਂ 101 ਜਗ ਕਰਾਂਗਾ ਜਗ ਕਰਨ ਵਾਸਤੇ ਉਸਨੇ ਮੰਤਰ ਪੜਾਉਣੇ ਸ਼ੁਰੂ ਕਰ ਦਿੱਤੇ ਜਗ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਜੱਗ ਹੁੰਦੇ ਪੈ ਦੇਵਤਿਆਂ ਨੂੰ ਉਸ ਵੇਲੇ ਬੜਾ ਭਾਰੀ ਦੁੱਖ ਹੋਇਆ ਵੀ ਇਹ ਬੜਾ ਸ਼ਕਤੀਸ਼ਾਲੀ ਹੋ ਰਿਹਾ ਹੈ ਜਾਗੇ ਦੇ ਪੂਰੇ ਹੋ ਗਏ ਸਾਡੇ ਕੋਲੋਂ ਫਿਰ ਇਹ ਵਸ ਵਿੱਚ ਨਹੀਂ ਆਵੇਗਾ ਉਸ ਵੇਲੇ ਭਗਵਾਨ ਜੀਆ ਨੂੰ ਬੇਨਤੀ ਕੀਤੀ ਆਪ ਜੀ ਇਹਦਾ ਕੁਝ ਨਾ ਕੁਝ ਹੱਲ ਕਰੋ ਤੇ ਉਸ ਵੇਲੇ ਫਿਰ ਭਗਵਾਨ ਜੀਆ ਨੇ ਇੱਕ ਛੋਟਾ ਜਿਹਾ ਰੂਪ ਧਾਰਨ ਕਰ ਲਿਆ 52 ਉਂਗਲਾਂ ਦਾ ਬੌਣਾ ਜਿਹਨੂੰ ਆਪਾਂ ਕਹਿ ਦਈਏ ਨਿਕਾਜਾ ਨਿਕਾਜਾ ਬੌਣੇ ਜੇ ਬਣ ਕੇ ਉਸ ਵੇਲੇ ਪ੍ਰਗਟ ਹੋਏ ਜਿੱਥੇ ਬਲਰਾਜਾ ਜਾਗ ਕਰਦਾ ਪਿਆ ਸੀ ਉੱਥੇ ਬੜੀ ਸੋਹਣੀ ਤੇ ਮਿੱਠੀ ਆਵਾਜ਼ ਦੇ ਵਿੱਚ ਵੇਦਾਂ ਦੀਆਂ ਜਿਹੜੀਆਂ ਸੁਰਤੀਆਂ ਸਨ ਉਹ ਪੜ੍ਹਦੀਆਂ ਸ਼ੁਰੂ ਕਰ ਦਿੱਤੀਆਂ ਵੇਦਾਂ ਦੇ ਸ਼ਲੋਕ ਪੜ੍ਹਨੇ ਸ਼ੁਰੂ ਕਰ ਦਿੱਤੇ ਬਲਰਾਜਾ ਵੇਖ ਕੇ ਬੜੇ ਖੁਸ਼ ਹੋਏ ਵੀ ਨਿਕਾਜਾ ਬੌਣਾ ਜਿਹਾ ਇੱਕ ਬ੍ਰਾਹਮਣ ਆ ਗਿਆ 52 ਉਂਗਲਾਂ ਦਾ ਕੱਦ ਹੈ ਛੋਟਾ ਜਿਹਾ ਸਲੋਂ ਬਿਲਕੁਲ ਇਹ ਵੇਦ ਬੜੇ ਸੋਹਣੇ ਪੜਦਾ ਪਿਆ ਹੈ ਉਸ ਵੇਲੇ ਉਸਨੇ ਆਖਿਆ ਕਹਿਣ ਲੱਗਾ ਮੰਗੂ ਕੀ ਚਾਹੀਦਾ ਹੈ ਤੇ 52 ਰੂਪ ਜੀ ਕਹਿਣ ਲੱਗੇ ਵੀ ਸਾਨੂੰ ਥੋੜੀ ਜੀ ਧਰਤੀ ਮਿਲ ਜਾਵੇ ਜੇ ਕਿਤੇ ਢਾਈ ਕਦਮਾਂ ਤੇਰੇ ਦਰਵਾਜ਼ੇ ਤੇ ਬੈਠੇ ਰਹੀਏ ਰੋਜ਼ ਹੀ ਤੈਨੂੰ ਇਹ ਬੇਦ ਸੁਣਾਈਏ ਉਸ ਵੇਲੇ ਸ਼ੁਕਰਚਾਰੀਆ ਗੁਰੂ ਬੈਠੇ ਸਨ ਸ਼ੁਕਰ ਜੀ ਨੇ ਆਖਿਆ ਨਹੀਂ ਇਹਦੀਆਂ ਗੱਲਾਂ ਵਿੱਚ ਨਾ ਜਾਵੀਂ ਇਹ ਤੈਨੂੰ ਛਲਣ ਵਾਸਤੇ ਆਏ ਬਾਦਰਾਜਾ ਕਹਿਣ ਲੱਗਾ ਮੈਨੂੰ ਕਿਵੇਂ ਛਲ ਸਕਦੇ ਇਹ ਤੇ ਸਹਿਜ ਨਾ ਇਹਨਾਂ ਦਾ ਖਾਦਾ ਖਰਗੋਸ਼ ਜਿਨ੍ਹਾਂ ਨੇ ਕਾਹ ਜਾ ਕਦ ਲੈ ਕੇ ਆਇਆ ਇਹ ਮੇਰਾ ਕੀ ਵਿਗਾੜ ਲੈਣਗੇ ਇੱਕ ਬੁਰਕੀ ਮੇਰੀ ਹੋਣੀ ਹੈ ਇਹਨਾਂ ਦੇ ਨਾਲ ਜੇ ਮੇਰੇ ਨਾਲ ਕੋਈ ਐਸਾ ਵਾਅਦਾ ਘਾਟਾ ਕਰਨਗੇ ਸ਼ੁਕਰ ਗੁਰੂ ਨੇ ਫਿਰ ਸਮਝਾਇਆ ਵੀ ਨਹੀਂ ਇਹ ਕੁਝ ਵੀ ਕਰ ਸਕਦੇ ਪਰ ਬਲ ਰਾਜਾ ਮੰਨਿਆ ਨਹੀਂ ਕਹਿੰਦਾ ਨਹੀਂ ਮੈਂ ਤੇ ਇਹਨਾਂ ਨੂੰ ਹੁਣ ਦੇਵਾਂਗਾ ਜੇ ਇਹਨਾਂ ਨੇ ਮੇਰੇ ਕੋਲ ਮੰਗੀ ਲਿਆ ਨਾ ਵੀ ਢਾਈ ਕਰਮਾ ਧਰਤੀ ਤੇ ਮੈਂ ਦੇਵਾਂਗਾ ਉਹਨਾਂ ਸਮਿਆਂ ਵਿੱਚ ਗੁਰਮੁਖੀਏ ਰਿਵਾਜ ਸੀਗਾ ਪ੍ਰਣ ਸੀਗਾ ਵੀ ਹੱਥ ਦੇ ਉੱਪਰ ਪਾਣੀ ਪਾ ਕੇ ਨਾ ਚੁਲੀ ਦੇ ਵਿੱਚ ਤੇ ਫਿਰ ਮੂੰਹੋਂ ਬਚਨ ਦਿੱਤਾ ਜਾਂਦਾ ਸੀ ਵੀ ਆਹ ਕੰਮ ਹੈ ਕੀਤਾ ਜਾਂ ਆਹ ਵਸਤੂ ਮੈਂ ਦਾਨ ਕਰ ਦਿੱਤੀ ਬਲਰਾਜਾ ਆਪਣੀ ਚੁਲੀ ਵਿੱਚ ਪਾਣੀ ਭਰਨ ਵਾਸਤੇ ਜਦੋਂ ਪਾਣੀ ਦੀ ਸਰੋਈ ਦੇ ਵਿੱਚੋਂ ਪਾਣੀ ਕੱਢਣ ਲੱਗੇ ਤੇ ਉਹ ਕਹਿਣ ਲੱਗੇ ਵੀ ਗੁਰੂ ਜਿਹੜਾ ਸੀ ਮੱਛਰ ਦਾ ਦਾਣਾ ਜਿਹਾ ਬਣ ਕੇ ਤੇ ਜਾ ਕੇ ਉਹਦੀ ਨਾਲੀ ਵਿੱਚ ਬੈਠ ਗਿਆ ਵੀ ਮੈਂ ਇਹ ਭਾਂਡੇ ਵਿੱਚੋਂ ਪਾਣੀ ਨਿਕਲ ਨਹੀਂ ਦੇਣਾ ਨਾਲੀ ਬੰਦ ਕਰ ਦੇਣੀ ਹੈ ਤੇ ਬਲਰਾਜੇ ਨੇ ਵੇਖਿਆ ਵੀ ਪਾਣੀ ਨਹੀਂ ਨਿਕਲਿਆ ਤੇ ਉਹਨੇ ਡੱਕਾ ਲੈ ਕੇ ਤੇ ਉਹਦੇ ਵੀ ਡੱਕਾ ਮਾਰਿਆ ਤੀਲਾ ਮਾਰਿਆ ਤੇ ਤੀਲਾ ਜਾ ਕੇ ਅੱਖ ਦੇ ਵਿੱਚ ਵੱਜਾ ਤੇ ਅੱਖ ਦੇ ਵਿੱਚੋਂ ਕੋਈ ਪਾਣੀ ਨਿਕਲਿਆ ਦੋ ਚਾਰ ਬੂੰਦਾ ਉਹ ਫਿਰ ਉਹਦੀ ਤਲੀ ਦੇ ਉੱਪਰ ਤਾਂ ਉਸ ਨੂੰ ਦੈਂਤਾਂ ਦੇ ਗੁਰੂ ਨੂੰ ਤਾਂ ਕਾਣਾ ਮੰਨਿਆ ਹੈ ਵੀ ਇਸ ਤਰ੍ਹਾਂ ਉਹ ਕਾਣਾ ਹੋਇਆ ਸੀ ਆਪਣੇ ਚੇਲੇ ਨੂੰ ਬਚਾਉਂਦਿਆਂ ਬਚਾਉਂਦਿਆਂ ਰੋ ਵਿਚਾਰ ਰਿਹਾ ਵੀ ਇਸ ਤਰ੍ਹਾਂ ਫਿਰ ਉਸ ਨੇ ਪ੍ਰਣ ਕਰ ਲਿਆ ਵੀ ਮੈਂ ਤੁਹਾਨੂੰ ਧਰਤੀ ਦੇ ਦਿੱਤੀ ਤੇ ਫਿਰ ਆਪਣਾ ਉਹ ਸਰੂਪ ਇਹਨਾਂ ਵੱਡਾ ਕੀਤਾ ਇਹ ਸਾਖੀ ਆਪਾਂ ਕਈ ਵਾਰੀ ਸਰਵਨ ਕੀਤੀ ਹੈ ਵੀ ਸਾਰੀ ਧਰਤੀ ਦੋ ਕਰਮਾਂ ਵਿੱਚ ਮਿਲ ਕੇ ਬੈਠ ਗਿਆ ਫਿਰ ਬਚਨ ਆਇਆ ਕਹਿੰਦੇ ਅੱਧੀ ਕਰਮੀ ਦਾ ਅੱਧੀ ਕਰਮ ਦਾ ਅਜੇ ਬਚਨ ਬਾਕੀ ਹੈ ਫਿਰ ਬਾਲ ਰਾਜੇ ਨੇ ਆਪਣੀ ਸ਼ਕਤੀ ਦੇ ਨਾਲ ਆਪਣਾ ਸਰੀਰ ਇੰਨਾ ਵੱਡਾ ਕੀਤਾ ਕਹਿਣ ਲੱਗੇ ਵੀ ਅਧੀ ਕਰਮ ਤੇ ਮੇਰੇ ਸਰੀਰ ਦੀ ਆਪ ਮਾਪ ਲਵੋ ਤੇ ਇਹ ਲੈ ਲਵੋ ਤੇ ਫਿਰ ਉਹਦੀ ਛਾਤੀ ਦੇ ਪੈਰ ਰੱਖ ਕੇ ਉਹਨੂੰ ਸਤਵੇਂ ਪਤਾਲ ਦੇ ਵਿੱਚ ਧੱਕ ਦਿੱਤਾ ਸੀਗਾ ਉਸ ਵੇਲੇ ਇਸ ਤਰ੍ਹਾਂ ਉਸ ਦੇ ਨਾਲ ਇਹ ਕਾਰਜ ਭਗਵਾਨ ਜੀਆ ਨੇ ਕੀਤਾ ਸੋ ਉਹ ਬਚਨ ਇਥੇ ਆ ਗਿਆ ਕਹਿਣ ਲੱਗੇ ਬਾਵਨ ਰੂਪ ਕੀ ਆ ਤੁਧ ਕਰਤੇ ਐ ਕਰਤੇ ਅਕਾਲ ਪੁਰਖ ਬਾਲ ਰਾਜੇ ਨੂੰ ਛਲਣ ਵਾਸਤੇ ਆਪ ਜੀ ਨੇ ਇਸ ਤਰ੍ਹਾਂ ਦਾ ਇਹ ਕਾਰਜ ਕਰਨ ਵਾਸਤੇ ਬਾਵਨ ਰੂਪ ਧਾਰਿਆ ਹੈ ਇਹ ਵੀ ਤੁਹਾਡਾ ਇੱਕ ਨਾਮ ਹੈ ਸਭ ਹੀ ਤੇ ਸਭ ਹੀ ਸੇਤੀ ਹੈ ਚੰਗਾ ਫਿਰ ਉਹ ਸਾਰਿਆਂ ਦੇ ਨਾਲ ਚੰਗਾ ਲੱਗ ਰਿਹਾ ਕਿਉਂਕਿ ਸਾਰੇ ਉਹਦਾ ਕਿਸੇ ਨਾਲ ਵੈਰ ਨਹੀਂ ਹੈ ਗੁਰਬਾਣੀ ਵਿੱਚ ਬਚਨ ਆ ਗਿਆ ਨਿਰਭਉ ਨਿਰਵੈਰ ਪਰਮਾਤਮਾ ਦਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੈਰ ਨਹੀਂ ਹੈ ਕਈ ਵਾਰੀ ਆਪਾਂ ਕਹਿ ਦਿੰਦੇ ਮੈਂ ਰੱਬ ਦਾ ਕੁਝ ਵਿਗਾੜਿਆ ਰੱਬ ਮੇਰਾ ਵੈਰੀ ਬਣਿਆ ਰੱਬ ਮੈਨੂੰ ਬੜੇ ਦੁੱਖ ਦਿੰਦਾ ਹੈ ਵੈਰ ਆਪਣੇ ਤੋਂ ਵੱਡੇ ਨਾਲ ਹੁੰਦਾ ਹੈ ਵੈਰ ਆਪਣੇ ਦੇ ਬਰਾਬਰ ਦੇ ਨਾਲ ਹੁੰਦਾ ਹੈ ਗਰੀਬ ਦੇ ਨਾਲ ਛੋਟੇ ਨਾਲ ਕਦਾ ਵੈਰ ਹੋਣਾ ਹੈ ਅਸੀਂ ਕਿਹੜੇ ਪਾਸਿਓਂ ਰੱਬ ਦੇ ਬਰਾਬਰ ਆਂ ਤੇ ਕਿਹੜੇ ਪਾਸਿਓਂ ਉਹਦੇ ਨਾਲੋਂ ਵੱਡੇ ਆ ਜੋ ਸਾਡੇ ਨਾਲੋਂ ਵੈਰ ਕਰੇ ਨਹੀਂ ਉਹ ਨਿਰਭਉ ਹੈ ਤੇ ਉਹ ਨਿਰਵੈਰ ਹੈ ਕਿਸੇ ਨਾਲ ਉਹਦਾ ਕੋਈ ਵੈਰ ਨਹੀਂ ਜੇ ਸਾਡਾ ਵੈਰ ਹੈ ਤੇ ਉਹ ਸਾਡੇ ਕਰਮਾਂ ਦੇ ਨਾਲ ਜਿਹੋ ਜਿਹਾ ਕਰਮ ਕੀਤੇ ਦੁੱਖ ਤੇ ਸੁੱਖ ਦੇ ਉਹ ਭੋਗਦੇ ਪਿਆ। ਮਹਾਰਾਜ ਕਹਿਣ ਲੱਗੇ ਭਾਈ ਉਹ ਪਰਮਾਤਮਾ ਸਾਰਿਆਂ ਦੇ ਨਾਲ ਹੀ ਚੰਗਾ ਹੈ ਕਿਉਂਕਿ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਸ੍ਰੀ ਰਾਮਚੰਦ ਜਿਸ ਰੂਪ ਨਰੇਖਿਆ ਸ੍ਰੀ ਰਾਮਚੰਦਰ ਜੀ ਹੋਏ ਨੇ ਜਿਨ੍ਹਾਂ ਦਾ ਕੋਈ ਰੂਪ ਰੇਖ ਨਹੀਂ ਹੈ ਬੜੇ ਸੁੰਦਰ ਸਰੂਪ ਵਾਲੇ ਸਨ ਸ੍ਰੀ ਰਾਮਚੰਦਰ ਭਗਵਾਨ ਜੀ। ਦਸ਼ਰਤ ਜੀਆ ਦੇ ਪੁੱਤਰ ਹਨ ਤੇ ਅਯੁੱਧਿਆਪੁਰੀ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਕਹਿਣ ਲੱਗੇ ਐਸੇ ਜਿਹੜੇ ਭਗਵਾਨ ਜੀ ਹਨ ਸ੍ਰੀ ਰਾਮਚੰਦਰ ਜੀ ਜਿਸ ਰੂਪ ਨਾ ਰੇਖਿਆ ਉਹਨਾਂ ਦੇ ਕੋਈ ਰੂਪ ਦੀ ਜਿਹੜੀ ਉਪਮਾ ਕਹਿ ਨਹੀਂ ਸਕਦਾ ਹੈ ਐਸੇ ਰੂਪ ਰੇਖਾ ਤੋਂ ਰਹਿਤ ਨੇ ਭਗਵਾਨ ਰਾਮ ਜੀ ਐਸਾ ਉਹਨਾਂ ਦਾ avatars ਹੈ ਹਨ ਵਾਲੀ ਚਕਰਪਾਣ ਦਰਸ ਅਨੂਪਿਆ ਤੇ ਉਹਨਾਂ ਦੇ ਦਰਸ਼ਨ ਜਿਹੜੇ ਨੇ ਉਪਮਾ ਤੋਂ ਰਹਿਤ ਹਨ ਕਹਿਣ ਲੱਗੇ ਜਦੋਂ ਭਗਵਾਨ ਜੀ ਆਨੇ ਸੋ ਲੰਕਾ ਨੂੰ ਜਾਣ ਵਾਸਤੇ ਪੁਲ ਬਣਾਉਣ ਦਾ ਯਤਨ ਕੀਤਾ ਨਾ ਇਤਿਹਾਸਕਾਰਾਂ ਨੇ ਗ੍ਰੰਥਾਂ ਵਿੱਚ ਬਚਨ ਲਿਖਿਆ ਰਾਮੇਸ਼ਵਰ ਨਾਮ ਦੇ ਸਥਾਨ ਤੇ ਤੇ ਉਹਨਾਂ ਨੇ ਆਖਿਆ ਵੀ ਲਿਆਓ ਭਾਈ ਸਾਰੇ ਜਣੇ ਪੱਥਰ ਚੋਕੇ ਲਿਆਓ ਬਾਂਦਰ ਸੈਨਾ ਨੂੰ ਹੁਕਮ ਹੋ ਗਿਆ ਲਿਆਉ ਪੱਥਰ ਆਪਾਂ ਪੁਲ ਬਣਾਈਏ ਸਾਰੇ ਪੱਥਰ ਚੁੱਕ ਕੇ ਲੈ ਜਾਂਦੇ ਪੈ ਤੇ ਉਸ ਵੇਲੇ ਹਨੂਮਾਨ ਦੀ ਆਏ ਇਹ ਜਿਹੜਾ ਗੁਰਵਰਧਨ ਪਰਬਤ ਹੈ ਇਸ ਨੂੰ ਚੁੱਕਣ ਲੱਗੇ ਨਾ ਜਦੋਂ ਹਨੂਮਾਨ ਦੀ ਤੇ ਉਹ ਪੱਥਰ ਬੋਲਿਆ ਬੜਾ ਵੱਡਾ ਪੱਥਰ ਸੀਗਾ ਲਿਖਿਆ ਹੈ ਵਿਦਵਾਨਾਂ ਨੇ ਵੀ ਬੜੇ ਕਿਲੋਮੀਟਰਾਂ ਦੇ ਵਿੱਚ ਫੈਲਿਆ ਹੋਇਆ ਵੱਡਾ ਪਰਬਤ ਸੀਗਾ ਜਿਸ ਵੇਲੇ ਚੁੱਕਣ ਲੱਗੇ ਹਨੂਮਾਨ ਦੀ ਤੇ ਉਹ ਪਰਬਤ ਨੇ ਆਖਿਆ ਵੀ ਮੈਨੂੰ ਚੁੱਕ ਨਾ ਹਨੂਮਾਨ ਮੈਨੂੰ ਇੱਥੇ ਟਿਕਿਆ ਰਹਿਣ ਦੇ हनुमान जी ने वचन ਕੀਤਾ ਕਹਿਣ ਲੱਗੇ ਨਹੀਂ ਤੁਹਾਨੂੰ ਭਗਵਾਨ ਰਾਮ ਜੀਆ ਦੇ ਚਰਨਾਂ ਦੇ ਥੱਲੇ ਮੈਂ ਲੈ ਕੇ ਚੱਲਿਆ ਹਾਂ ਤੁਹਾਡੇ ਤੇ ਚਰਨ ਪਾਉਣਗੇ ਤੁਹਾਡਾ ਭਲਾ ਕਰ ਦੇਣਗੇ ਤੇ ਉਸ ਵੇਲੇ ਗੁਰਦਨ ਪਰਬਤ ਨੇ ਆਖਿਆ ਵੀ ਠੀਕ ਹੈ ਜੇ ਭਗਵਾਨ ਦੇ ਪੈਰਾਂ ਥੱਲੇ ਲਿਜਾ ਕੇ ਟਿਕਾਵੇਂਗਾ ਤੇ ਫਿਰ ਲੈ ਚੱਲ ਜਦੋਂ ਹਨੂਮਾਨ ਜੀ ਪੱਥਰ ਚੁੱਕ ਕੇ ਚੱਲੇ ਇਧਰੋਂ ਸੁਨਿਆਵ ਆ ਗਿਆ ਵੀ ਪੁਲ ਪੂਰਾ ਹੋ ਗਿਆ ਹੈ ਤੇ ਹੁਣ ਪੱਥਰਾਂ ਦੀ ਲੋੜ ਨਹੀਂ ਹੈ ਜਿਹੜੇ ਜਿਹੜੇ ਪੱਥਰ ਚੁੱਕ ਕੇ ਲਿਆਉਂਦੇ ਪਏ ਉਹ ਜਿੱਥੇ ਜਿੱਥੇ ਪਹੁੰਚ ਗਏ ਉੱਥੇ ਹੀ ਰੱਖਦੇ ਹੋ ਉਸ ਵੇਲੇ ਹਨੂਮਾਨ ਜੀ ਇਹ ਪੱਥਰ ਚੁੱਕ ਕੇ ਮਥਰਾ ਪਹੁੰਚ ਗਏ ਸਨ ਉਹਨਾਂ ਨੂੰ ਜਦੋਂ ਸੁਣਿਆ ਮਿਲਿਆ ਤੇ ਉਹ ਪੱਥਰ ਰੱਖ ਕੇ ਪਹਾੜ ਤੇ ਕੋਲ ਹੀ ਬੈਠ ਗਿਆ ਭਗਵਾਨ ਜੀਆਂ ਦੇ ਕੋਲ ਨਹੀਂ ਗਏ ਭਗਵਾਨ ਜੀ ਨੇ ਵੇਖਿਆ ਵੀ ਸਾਰੀ ਫੌਜ ਆ ਗਈ ਹੈ ਮੇਰੇ ਜਰਨੈਲ ਸਾਰੇ ਆ ਗਏ ਪਰ ਹਨੂਮਾਨ ਨਹੀਂ ਅਜੇ ਆਏ ਹਨ ਉਸ ਵੇਲੇ ਪੁੱਛਿਆ ਤੇ ਦੱਸਣ ਵਾਲਿਆਂ ਨੇ ਦੱਸਿਆ ਜੀ ਹਨੂਮਾਨ ਤੇ ਪਰਬਤ ਦੇ ਕੋਲ ਹੀ ਬੈਠ ਗਿਆ ਗੁਰਦਨ ਦੇ ਅੱਗੇ ਨਹੀਂ ਆ ਰਿਹਾ ਕਹਿੰਦੇ ਕਿਉਂ ਨਹੀਂ ਆ ਰਿਹਾ ਕਹਿੰਦੇ ਕਾਰਨ ਉਹਦਾ ਇਹ ਹੈ ਵੀ ਉਹਨਾਂ ਨੇ ਜੁਬਾਨ ਕੀਤੀ ਹੈ ਬਚਨ ਕਰ ਦਿੱਤਾ ਪਰਬਤ ਦੇ ਨਾਲ ਕਿ ਅਸੀਂ ਤੈਨੂੰ ਭਗਵਾਨ ਜੀ ਦੇ ਪੈਰਾਂ ਥੱਲੇ ਜਾ ਕੇ ਰੱਖਾਂਗੇ ਇਧਰੋਂ ਤੁਸੀਂ ਹੁਕਮ ਕੀਤਾ ਵੀ ਉੱਥੇ ਹੀ ਰੱਖ ਦਿਓ ਗਾਂ ਕੋਈ ਲੈ ਕੇ ਹੀ ਨਾ ਆਵੇ ਉਸ ਵੇਲੇ ਰਾਮਚੰਦਰ ਦੀ ਕਹਿਣ ਲੱਗੇ ਕੋਈ ਗੱਲ ਨਹੀਂ ਹਨੂਮਾਨ ਜੀ ਨੂੰ ਜਾ ਕੇ ਸੁਨੇਹਾ ਦੇ ਦਿਓ ਵੀ ਅਸੀਂ ਦੁਆਪਰ ਯੁਗ ਦੇ ਵਿੱਚ ਆਵਾਂਗੇ ਭਗਵਾਨ ਕ੍ਰਿਸ਼ਨ ਦਾ ਰੂਪ ਲੈ ਕੇ ਇਸ ਪਰਬਤ ਦੇ ਉੱਪਰ ਆ ਕੇ ਅਸੀਂ ਖੇਡਾਂ ਕਰਾਂਗੇ ਦੇ ਉੱਪਰ ਦੌੜਿਆ ਕਰਾਂਗੇ ਕਿ ਇੱਕ ਵਾਰੀ ਨਹੀਂ ਕਈ ਵਾਰੀ ਚਰਣੇ ਦੇ ਉੱਪਰ ਪਾਵਾਂਗੇ ਤੈਨੂੰ ਆਪਣੀ ਚੀਚੀ ਦੀ ਉਂਗਲ ਦੇ ਨਾਲ ਚੁਕਾਂਗੇ ਅਸੀਂ ਹਨੂਮਾਨ ਦਾ ਕੀਤਾ ਪ੍ਰਣ ਪੂਰਾ ਕਰਾਂਗੇ ਇਹ ਬਚਨ ਕਹਿ ਕੇ ਫਿਰ ਹਨੂਮਾਨ ਨੇ ਆਖਿਆ ਠੀਕ ਹੈ ਜੀ ਆਪ ਜੀ ਇਹ ਗੱਲ ਕਹਿੰਦੇ ਹੋ ਤੇ ਮੈਂ ਆ ਜਾਂਦਾ ਹਾਂ ਉਸ ਵੇਲੇ ਹਨੂਮਾਨ ਜੀ ਫਿਰ ਆ ਗਏ ਸਨ ਤੇ ਜਦੋਂ ਭਗਵਾਨ ਕ੍ਰਿਸ਼ਨ ਜੀ ਆਖਿਆ ਵੀ ਇੰਦਰ ਦੀ ਪੂਜਾ ਬੰਦ ਕਰ ਦਿਓ ਇੰਦਰ ਨੇ ਫਿਰ ਗੁੱਸੇ ਵਿੱਚ ਆ ਕੇ ਬੜਾ ਭਾਰੀ ਮੀਂਹ ਪਾਇਆ ਸੀ ਉਸ ਵੇਲੇ ਤੇ ਸਾਰਾ ਪਿੰਡ ਜਿਹੜਾ ਉਹ ਪੀ ਦੇ ਨਾਲ ਡੁੱਬ ਗਿਆ ਤੇ ਫਿਰ 28 ਦਿਨ ਇਤਿਹਾਸਕਾਰਾਂ ਨੇ ਲਿਖਿਆ ਵੀ 28 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਇਹ ਫਿਰ ਪੱਥਰ ਜਿਹੜਾ ਪਹਾੜ ਸੀਗਾ ਉਹ ਭਗਵਾਨ ਜੀਆ ਨੇ ਆਪਣੀ ਚੀਚੀ ਦੀ ਉਂਗਲੀ ਦੇ ਉੱਪਰ ਚੁੱਕ ਕੇ ਤੇ ਟੇਡਾ ਕਰਕੇ ਉਸ ਵੇਲੇ ਤੇ ਸੰਗਤ ਨੂੰ ਆਖਿਆ ਲੋਕਾਂ ਨੂੰ ਵੀ ਆਓ ਭਾਈ ਇਹਦੇ ਥੱਲੇ ਆ ਕੇ ਬਚੋ ਮੀਂਹ ਤੋਂ ਤੇ ਉਹ ਸਾਰਾ ਪਾਣੀ ਰੁੜ ਕੇ ਜਿਹੜਾ ਸੀ ਜਮਣਾ ਵਿੱਚ ਪਈ ਜਾ ਰਿਹਾ ਇਸ ਤਰ੍ਹਾਂ ਆਪਣੇ ਨਗਰ ਨਿਵਾਸੀਆਂ ਨੂੰ ਬਚਾਇਆ ਸੀਗਾ ਐਸੇ ਕਾਰਜ ਕਰਨ ਵਾਲੇ ਕਿਛੇ ਆਪਾਂ ਬਚਨ ਵੀ ਸਰਵਨ ਕਰ ਕਰ ਆਏ ਹਾਂ ਗੋਵਰਧਨ ਧਾਰੀ ਉਹ ਪਰਬਤ ਦਾ ਨਾਮ ਹੈ ਜਿੱਥੇ ਐਸੇ ਕਾਰਜ ਕੀਤੇ ਮਹਾਰਾਜ ਬਚਨ ਬਖਸ਼ਿਸ਼ ਕਰਦੇ ਪੈ ਕਹਿਣ ਲੱਗੇ ਜੀ ਆਪ ਐਸੇ ਹੋ ਸ੍ਰੀ ਰਾਮਚੰਦਰ ਜਿਸ ਰੂਪ ਨਾ ਰਖਿਆ ਰਾਮਚੰਦਰ ਹੋ ਕੇ ਆਪ ਬਚਨ ਕਰਦੇ ਪੈ ਅਤੇ ਕ੍ਰਿਸ਼ਨ ਰੂਪ ਹੋ ਕੇ ਫਿਰ ਉਹ ਬਚਨਾਂ ਨੂੰ ਪੂਰੇ ਕਰਦੇ ਪੈ ਐਸੀ ਆਪ ਕ੍ਰਿਆ ਕਰਨ ਵਾਲੇ ਆ ਬ੍ਰਿਦੇ ਰੂਪ ਰੰਗ ਦਾ ਕੋਈ ਵਰਣਨ ਨਹੀਂ ਕਰ ਸਕਦਾ ਹੈ ਬਨਵਾਲੀ ਚੱਕਰਪਾਨ ਦਰਸ ਅਨੂਪਿਆ ਇਹ ਬਨ ਨਾਮ ਗੁਰਮਖੋਦ ਸੰਸਾਰ ਦਾ ਹੈ ਇਹ ਜੋ ਸੰਸਾਰ ਰੂਪੀ ਬਨ ਹੈ ਨਾ ਇਹਦੇ ਮਾਲਕ ਨੇ ਪਰਮੇਸ਼ਰ ਇਸ ਕਰਕੇ ਆਖਿਆ ਜਾਂਦਾ ਬਨਵਾਲੀ ਕੋਈ ਆਖ ਦਿੰਦਾ ਬਨਵਾਰੀ ਅਰਥ ਦੋਨਾਂ ਦੇ ਜਿਹੜੇ ਨੇ ਬਰਾਬਰ ਨੇ ਬਨਵਾਰੀ ਬਨ ਕਹੀਏ ਸੰਸਾਰ ਬਨ ਵੈਸੇ ਕਿਹਾ ਜਾਂਦਾ ਜੰਗਲ ਨੂੰ ਇਹ ਜੰਗਲ ਰੂਪੀ ਸੰਸਾਰ ਹੈ ਜਿਹਦੇ ਵਿੱਚ ਆਪ ਆਏ ਹਾਂ ਇਵਾਰੀ ਕਈਏ ਮਾਲਕ ਸਾਚੀ ਲਿਵਾ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵਾ ਬਾਜੋ ਕਿਆ ਕਰੇ ਵਿਚਾਰੀ ਆ ਤੁਧ ਬਾਝ ਸਮਰੱਥ ਕੋਈ ਨਾ ਹੀ ਕਿਰਪਾ ਕਰ ਬਨਵਾਰੀਆ ਇਹ ਸ਼ਬਦ ਆ ਨਾ ਬਨਵਾਰੀਆ ਸ਼ਬਦ ਇਹ ਸੰਸਾਰ ਰੂਪੀ ਜਿਹੜਾ ਜੰਗਲ ਹੈ ਇਹਦੇ ਆਪ ਮਾਲਕ ਹੋ ਇਸ ਕਰਕੇ ਉਸ ਨੂੰ ਬਨਵਾਲੀ ਕਿਹਾ ਜਾਂਦਾ ਵੀ ਸੰਸਾਰ ਦਾ ਜੋ ਮਾਲਕ ਹੈ ਬਨਵਾਲੀ ਚੱਕਰਪਾਣ ਦਰਸ ਅਨੂਪਿਆ ਗੁਰਮਖੋ ਪਾਨ ਨਾਮ ਹੱਥਾਂ ਦਾ ਹੈ ਤੇ ਚੱਕਰ ਨਾਮ ਸੁਦਰਸ਼ਨ ਚੱਕਰ ਦਾ ਹੈ ਵੀ ਜਿਹਦੇ ਹੱਥਾਂ ਵਿੱਚ ਸੁਦਰਸ਼ਨ ਚੱਕਰ ਫੜਿਆ ਹੋਇਆ ਹੈ ਐਸਾ ਰੂਪ ਵਿਸ਼ਨੂੰ ਭਗਵਾਨ ਜੀ ਦਾ ਹੈ ਵੀ ਉਹਨਾਂ ਨੇ ਆਪਣੇ ਕਈ ਬਾਹਾਂ ਇਤਿਹਾਸਕਾਰਾਂ ਨੇ ਲਿਖਿਆ ਨੇ ਵੀ ਵਿਸ਼ਨੂੰ ਭਗਵਾਨ ਦੀਆਂ ਕਈ ਬਾਹਾਂ ਨੇ ਤੇ ਉਹਦੇ ਵਿੱਚੋਂ ਇੱਕ ਬਾਹ ਦੇ ਉੱਪਰ ਉਹਨਾਂ ਨੇ ਉਂਗਲੀ ਦੇ ਵਿੱਚ ਸੁਦਰਸ਼ਨ ਚੱਕਰ ਪਹਿਨੇ ਆ ਹੈ। ਭਗਵਾਨ ਕ੍ਰਿਸ਼ਨ ਜੀ ਆ ਨੇ ਸੁਦਰਸ਼ਨ ਚੱਕਰ ਦੀ ਦੁਆਪਰ ਯੁਗ ਵਿੱਚ ਵਰਤੋਂ ਕੀਤੀ ਹੈ। ਇਸ ਕਰਕੇ ਉਹਨਾਂ ਨੂੰ ਚੱਕਰਪਾਨ ਕਿਹਾ ਜਾਂਦਾ ਹੈ। ਵੀ ਜਿਹੋ ਜਿਹਾ ਕੰਮ ਕੀਤਾ ਪਹਿਲਾਂ ਵੀ ਆਪਾਂ ਇਹ ਬਚਨ ਸਰਵਨ ਕੀਤੇ ਕਿ ਜਿਹੜੇ ਜਿਹੜੇ অবতার ਵਿੱਚ ਜਿਹੜਾ ਜਿਹੜਾ ਕੰਮ ਕੀਤਾ ਲੋਕਾਂ ਨੇ ਨਾਮ ਹੀ ਉਹਦਾਂ ਦੇ ਰੱਖ ਲਏ। ਸੁਦਰਸ਼ਨ ਚੱਕਰ ਹੱਥ ਵਿੱਚ ਪਾ ਰਿਆ ਕਹਿਣ ਲੱਗੇ ਇਹ ਚੱਕਰਪਾਨ ਹਨ। ਵੀ ਇਹਨਾਂ ਨੇ ਸੁਦਰਸ਼ਨ ਚੱਕਰ ਪਾਇਆ ਹੈ। ਐਸੀ ਆਪ ਜੀ ਦੀ ਵਡਿਆਈ ਹੈ ਵਰਨ ਵਾਲੀ ਚੱਕਰਪਾਨ ਦਰਸ ਅਨੂਪਿਆ ਫਿਰ ਆਪ ਜੀ ਦਾ ਜਿਹੜਾ ਦਰਸ਼ ਕਹੀਏ ਦਰਸ਼ਨ ਹੈ ਨਾ ਅਨੂਪਿਆ ਉਪਮਾ ਤੋਂ ਰਹਿਤ ਹੈ ਤੁਹਾਡੇ ਦਰਸ਼ਨਾਂ ਦਾ ਵਰਣਨ ਕੋਈ ਨਹੀਂ ਕਰ ਸਕਦਾ ਹੈ ਸੋ ਭਗਤਾ ਨੇ ਬਚਨ ਆਖਿਆ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਮਹਾਰਾਜ ਦੁਨੀਆਂ ਵਿੱਚ ਕੋਈ ਐਹੋ ਜੀ ਚੀਜ਼ ਬਣੀ ਨਹੀਂ ਜਿਹੜਾ ਤੁਹਾਡਾ ਅਸੀਂ ਉਪਮਾ ਦੇ ਸਕੀਏ ਵੀ ਰੱਬ ਐਹੋ ਜਿਹਾ ਹੈ ਨਹੀਂ ਤੁਹਾਡੇ ਮੁਕਾਬਲੇ ਕੋਈ ਕਿਹਾ ਹੀ ਨਹੀਂ ਜਾ ਸਕਦਾ ਹੈ ਐਸਾ ਆਪ ਜੀ ਦਾ ਸੁੰਦਰ ਦਰਸ਼ਨ ਉਪਮਾ ਨਹੀਂ ਜਿੱਦੀ ਹੋ ਸਕੇ ਉਪਮਾ ਕੋਈ ਕਹਿ ਹੀ ਨਾ ਸਕੇ ਚਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਕੂ ਕਹ ਨਾ ਸਕਤ ਕੇਹ ਦਸਵੇਂ ਪਾਤਸ਼ਾਹ ਨੇ ਬਚਨ ਆਖਿਆ ਕਹਿਣ ਲੱਗੇ ਭਾਈ ਉਹਦੀ ਸ਼ਕਤੀ ਦਾ ਉਹਦੇ ਰੂਪ ਦਾ ਉਹਦੇ ਗੁਣਾ ਦਾ ਉਹਦੇ ਸੁਭਾ ਦਾ ਉਹਦੇ ਪਰਉਪਕਾਰ ਦਾ ਕੋਈ ਵੀ ਬੰਦਾ ਵਰਣਨ ਨਹੀਂ ਕਰ ਸਕਦਾ ਐਸਾ ਉਹ ਪਰਮਾਤਮਾ ਹੈ ਸਹਿਸ ਨੇਤਰ ਮੂਰਤ ਹੈ ਸਹਿਸਾ ਵਿਰਾਟ ਰੂਪ ਹੋਣ ਕਰਕੇ ਉਸ ਦੇ ਹਜ਼ਾਰਾਂ ਹੀ ਨੇਤਰ ਹਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਬਚਨ ਆਖਿਆ ਸਹਿਸਤਾਵੋ ਨੈਨ ਨਨ ਸੋ ਸਹਿਸ ਨਾਮ ਹਜ਼ਾਰ ਦਾ ਹੈ ਵਿਰਾਟ ਰੂਪ ਹੋਣ ਕਰਕੇ ਜਿੰਨੀਆਂ ਅੱਖਾਂ ਆਪਣੀਆਂ ਜਗਦੀਆਂ ਪਈਆਂ ਨੇ ਇਹ ਸਾਰੀਆਂ ਦੇ ਵਿੱਚ ਉਹ ਪਰਮਾਤਮਾ ਹੀ ਬੈਠਾ ਵੇਖਦਾ ਪਿਆ ਇਸ ਕਰਕੇ ਸਾਰੀਆਂ ਅੱਖਾਂ ਉਹਦੀਆਂ ਹੀ ਨੇ ਤਾ ਕਿ ਆ ਜਾਂਦਾ ਵੀ ਹਜ਼ਾਰਾਂ ਨੇਤਰਾਂ ਵਾਲਾ ਵਰਾਰੂਪ ਜੀ ਹੋਇਆ ਸਾਰਿਆਂ ਵਿੱਚ ਸੋ ਸਹਸ ਨੇਤਰ ਹਜ਼ਾਰਾਂ ਹੀ ਉਹਦੇ ਨੇਤਰ ਨੇ ਤੇ ਮੂਰਤ ਹੈ ਸਹਸਾ ਇਹ ਜਿਹੜੀਆਂ ਮੂਰਤੀਆਂ ਨੇ ਨਾ ਸਰੀਰ ਸਾਡੇ ਇਹਨਾਂ ਵਿੱਚ ਵੀ ਉਹ ਵਸਿਆ ਹੋਇਆ ਇਸ ਕਰਕੇ ਸਰੀਰਾਰੂਪੀ ਮੂਰਤੀਆਂ ਵੀ ਉਹਦਾ ਹੀ ਰੂਪ ਹਨ ਇਹਨਾਂ ਵਿੱਚ ਵੀ ਆ ਕੇ ਬੈਠਾ ਹੋਇਆ ਹੈ ਐਸਾ ਉਹ ਪ੍ਰਮਾਤਮਾ ਵੱਡਾ ਹੈ ਇੱਕ ਦਾਤਾ ਹੈ ਮੰਗਾ ਅਤੇ ਇੱਕ ਦਾਤਾ ਸਭ ਹੈ ਮੰਗਾ ਦਾਤਾ ਹੀ ਕੋਈ ਹੈ ਤੇ ਸਾਰੇ ਹੀ ਉਹਦੇ ਦਰ ਦੇ ਮੰਗਤੇ ਨੇ ਭਾਵੇਂ ਕੋਈ ਰਾਜਾ ਹੋਵੇ ਕੋਈ ਮਹਾਰਾਜਾ ਹੋਵੇ ਕੋਈ ਭਿਖਾਰੀ ਹੋਵੇ ਭਿਖਾਰੀ ਜਿਹੜਾ ਗਰੀਬ ਹੈ ਉਹ ਸਾਡੇ ਦਰ ਤੇ ਮੰਗਦਾ ਸੀ ਆਖਦੇ ਵੀ ਅਸੀਂ ਬੜੇ ਵੱਡੇ ਦਾਤੇ ਆ ਪਰ ਅਸੀਂ ਵੀ ਤੇ ਅੱਗੇ ਕਿਸੇ ਤੋਂ ਮੰਗਦੇ ਆ ਜਿਹਦੇ ਤੋਂ ਅਸੀਂ ਮੰਗਦੇ ਉਹ ਵੀ ਅੱਗੇ ਕਿਸੇ ਤੋਂ ਮੰਗਦਾ ਹੈ ਇਥੇ ਤੇ ਵੱਡੇ ਵੱਡੇ ਰਾਜੇ ਮੰਗਦੇ ਪਰ ਮਹਾਰਾਜ ਨੇ ਤੇ ਬਚਨ ਲਿਖਿਆ ਦਸਵੇਂ ਪਾਤਸ਼ਾਹ ਨੇ ਵੀ ਇੱਕ ਦਿਨ ਇੱਕ ਦਿਹਾੜੇ ਨਾਵਣ ਆਈ ਦੁਰਗਸਾ ਇੰਦਰ ਬਿਰਸਾ ਸੁਣਾਈ ਆਪਣੇ ਹਾਲ ਦੀ ਸੀਕ ਲੈ ਸੀਨ ਲਈ ਠੁਕਰਾਈ ਸਾਤੇ ਦਾਨਵੀ ਲੋਕੀ ਤੇ ਹੀ ਫਰਾਈ ਬੈਠੇ ਅਮਰਾਵਤੀ ਕਹਿਣ ਲੱਗੇ ਇੰਦਰ ਵਰਗਾ ਰਾਜਾ ਵੀ ਆ ਗਿਆ ਸੀ ਉਸ ਵੇਲੇ ਵੀ ਮਹਾਰਾਜ ਮੇਰਾ ਰਾਜ ਵੀ ਖੁੱਸ ਗਿਆ ਮਿਰਤੇ ਕਿਰਪਾ ਕਰੋ ਅਤੇ ਫਿਰ ਉਸ ਵੇਲੇ ਵਰ ਮਿਲਿਆ ਸੀ ਵੀ ਕੋਈ ਨਹੀਂ ਇੰਦਰ ਫਿਕਰ ਨਾ ਕਰ ਅਸੀਂ ਜੰਗ ਕਰਾਂਗੇ ਤੇ ਦੈਂਤਾਂ ਨੂੰ ਨਾਸ ਕਰਾਂਗੇ ਤੈਨੂੰ ਰਾਜ ਭਾਗ ਦੇਵਾਂਗੇ ਭਾਵੇਂ ਐ ਭਾਵੇਂ ਸਾਡੇ ਵਰਗਾ ਮਨੁੱਖ ਹੋਵੇ ਭਾਵੇਂ ਭਖਾਰੀ ਹੋਵੇ ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਇੰਦਰ ਵਰਗਾ ਰਾਜਾ ਹੋਵੇ ਹੈ ਉਹਦੇ ਦਰ ਦੇ ਸਾਰੇ ਹੀ ਮੰਗਦੇ ਨੇ ਸਾਰੇ ਹੀ ਉਹਦੇ ਕੋਲੋਂ ਮੰਗਦੇ ਪੈ ਸਭ ਤੁਧ ਹੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਹਰੇਕ ਤਰਲਾ ਕਰਕੇ ਕਹਿੰਦਾ ਵੀ ਰੱਬਾ ਮੈਨੂੰ ਇਹ ਦੇ ਮੈਨੂੰ ਇਹ ਦੇ ਸਾਰੇ ਹੀ ਮੰਗਦੇ ਪੈ ਗੁਰਬਾਣੀ ਦਾ ਮਹਾਵਾਕ ਆਪਾਂ ਪੜ੍ਹਦੇ ਆਂ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗਿਆ ਅਕਾਲ ਪੁਰਖ ਜਿੰਨਾ ਸੰਸਾਰ ਸਾਜਿਆ ਨਾ ਬਣਿਆ ਇਹ ਸਾਰਾ ਭਿਖਾਰੀ ਹੈ ਮੰਗਤਾ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇਰੇ ਕੋਲੋਂ ਮੰਗਦਾ ਹੀ ਪਿਆ ਹੈ ਜਿਵੇਂ ਇੱਕ ਜੰਗਲ ਦੇ ਵਿੱਚ ਰਾਜਾ ਘੁੱਸ ਗਿਆ ਨਾ ਆਪਣੀ ਮੰਝਲ ਤੋਂ ਤੇ ਕਿਸੇ ਗਰੀਬ ਦੇ ਘਰ ਰਾਤ ਰਹਿ ਕੇ ਇਸ ਨੇ ਆਪਣਾ ਜੀਵਨ ਬਚਾਇਆ ਤੇ ਦਿਨੇ ਚੜ੍ਹਦੇ ਆ ਆਪਣੀ ਮੁੰਦਰੀ ਦੇ ਕੇ ਆਇਆ ਵੀ ਜੇ ਤੈਨੂੰ ਗਰੀਬ ਲੋਕਾਂ ਜੇ ਲੋਡ ਪੈ ਗਈ ਤੇ ਮੇਰੇ ਕੋਲ ਆਈ ਮੈਂ ਤੇਰੀ ਲੋਡ ਪੂਰੀ ਕਰ ਦਿਆਂਗਾ ਉਹ ਗਰੀਬ ਨੂੰ ਕਿਸੇ ਸਮੇਂ ਕੋਈ ਵਿਪਤਾ ਪਈ ਮਾਇਆ ਦੀ ਲੋਡ ਹੈ ਤੇ ਉਹ ਚੱਲ ਪਿਆ ਵੀ ਚਲੋ ਰਾਜੇ ਕੋਲੋਂ ਮੰਗ ਕੇ ਲਿਆਈਏ ਉਹ ਵਾਦਾ ਕਰਕੇ ਗਿਆ ਹੈ ਜਦੋਂ ਗਰੀਬ ਵਿਅਕਤੀ ਮਹਿਲਾ ਤੇ ਪਹੁੰਚਿਆ ਤੇ ਕੀ ਵੇਖਦਾ ਪਿਆ ਰਾਜਾ ਤੇ ਅੱਗੇ ਆ ਬੜੀਆਂ ਧੂਬਤੀਆਂ ਤੁਖਾਈ ਬੈਠਾ ਹੈ ਹੱਥ ਜੋੜ ਜੋੜ ਕੇ ਤਰਲੇ ਕਰਦਾ ਪਿਆ ਐ ਦੇਵੀ ਮੈਨੂੰ ਆਹ ਦੇ ਦੇ ਐ ਦੇਵੀ ਮੈਨੂੰ ਆਹ ਦੇ ਦੇ ਮੰਗਤੇ ਨੇ ਸੁਣਿਆ ਗਰੀਬ ਨੇ ਜਿਹੜਾ ਜੰਗਲ ਚ ਆਇਆ ਉਹ ਮੋੜੀ ਪਿਆ ਵਾਪਸ ਉਹਨੇ ਮੰਗਿਆ ਹੀ ਕੁਝ ਨਾ ਰਾਜੇ ਨੇ ਪੁੱਛਿਆ ਤੂੰ ਮੰਗਿਆ ਕਿਉਂ ਨਹੀਂ ਤੂੰ ਆਇਆ ਮੇਰੇਦਰ ਤੇ ਕਹਿਣ ਲੱਗਾ ਜੀ ਮੈਂ ਤੇ ਸੋਚਿਆ ਵੀ ਤੁਸੀਂ ਰਾਜੇ ਹੋ ਪਰ ਮੈਨੂੰ ਇੱਥੇ ਆ ਕੇ ਪਤਾ ਲੱਗਾ ਤੁਸੀਂ ਤੇ ਮੇਰੇ ਨਾਲੋਂ ਵੱਡੇ ਮੰਗਤੇ ਹੋ ਤੇ ਮੰਗਤਾ ਮੰਗਤੇ ਨੂੰ ਕੀ ਦੇ ਸਕਦਾ ਹੈ ਮੈਂ ਤੇ ਥੋੜੀ ਜੀ ਵਸਤੂ ਮੰਗਣ ਆਇਆ ਤੁਸੀਂ ਤੇ ਵੱਡੇ ਵੱਡੇ ਰਾਜ ਮੰਗਦੇ ਪੈ ਤੁਸੀਂ ਮੇਰੇ ਨਾਲੋਂ ਹੀ ਵੱਡੇ ਮੰਗਤੇ ਮੈਂ ਮੰਗਤੇ ਕੋਲੋਂ ਕੁਝ ਨਹੀਂ ਲੈਣਾ ਮੈਂ ਦਾਤੇ ਕੋਲੋਂ ਹੀ ਲਵਾਂਗਾ ਜਿਹੜਾ ਦਾਤਾ ਦੇਣ ਵਾਲਾ ਹੈ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਇੱਕ ਦਾਤਾ ਸਭ ਹੈ ਮੰਗਾ ਦਾਤਾ ਹੀ ਕੋਈ ਹੈ ਤੇ ਬਾਕੀ ਸਾਰੇ ਮੰਗਤੇ ਮੰਗਣ ਵਾਲੇ ਉਹਦੇ ਕੋਲੋਂ ਮੰਗਦੇ ਪਏ ਐਸੀ ਉਸ ਦੀ ਉਪਮਾ ਹੈ ਸਮੇਂ ਦੀ ਸਮਾਪਤੀ ਹੈ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਅਗਲੇ ਦੀਵਾਨ ਵਿੱਚ ਫਿਰ ਸਰਵਣ ਕਰਾਂਗੇ ਆ ਚਾਰ ਪੌੜੀਆਂ ਤੱਕ ਆਪਾਂ ਇਹ ਸ਼ਬਦ ਸਰਵਣ ਕਰ ਲਿਆ ਹੈ ਉਲਾਂ ਚੁਕਾਂ ਦੀ ਮੁਆਫੀ ਦਿਓ ਸੱਜਣਾ ਸਿਸੜੀਆਂ ਜਿਉ ਹੋਵੇ ਸਾਬ ਸਿਓ ਮੇਲੋ ਸ੍ਰੀ ਰਾਮਚੰਦ ਜਿਸ ਰੂਪ ਨਰੇਖਿਆ ਬਨ ਵਾਲੀ ਚੱਕਰਪਾਨ ਦਰਸ ਅਨੂਪਿਆ ਸਹਿਸ ਨੇਤਰ ਮੂਰਤ ਹੈ ਸਹਸਾ ਇੱਕ ਦਾਤਾ ਸਭ ਹੈ ਮੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਹੈ ਕਿ 14 ਤਰੀਕ ਨੂੰ ਸਮੂਹਕ ਜਿਹੜੇ ਆਨੰਦਕਾਰਦ ਨੇ ਉਹ ਹੋ ਰਹੇ ਨੇ ਲੜਕੀਆਂ ਦੇ ਜਿਨ੍ਹਾਂ ਸੰਗਤਾਂ ਨੇ ਦਾਨ ਪੁੰਨ ਵਾਸਤੇ ਕੋਈ ਰਸਤਾ ਬਸਤਾ ਮਾਇਆ ਦੀ ਸੇਵਾ ਕਰਨੀ ਹੋਵੇ ਤੇ ਉਹ ਕਰ ਸਕਦੇ ਹੋ 14 ਤਰੀਕ ਨੂੰ ਆਨੰਦਕਾਰ